सत श्री अकाल जी, तुसी देख रहे पंजाबी नैशनल टीवी प्रोग्राम मेरा पिंड मेरे लोक विच। अज थानू दृश्य दिखावांगे जिला जलंधर दी तहसील फलौर दे पिंड मैसमपुर दे। पिंड मैसमपुर उस वेले सुरखियां दे विच आंदा जद पंजाब दे मशहूर गायक अमर सिंह चमकीला ते अमरजोत दी जोड़ी दा गोलियां मार के कतल कर दिता जांदा। आओ दिखाउने थानू अज पिंड मैसमपुर दे लोक ते कराउने थोड़ी गलबात। ਕਿਹੜਾ ਉਹ ਪੰਜਾਬੀ ਆ ਜਿਹੜਾ ਸ਼ਹੀਦ ਊਧਮ ਸਿੰਘ ਨੂੰ ਨਹੀਂ ਜਾਣਦਾ? ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਨੂੰ, ਸ਼ਹੀਦ ਊਧਮ ਸਿੰਘ ਦੀ ਬਹਾਦਰੀ ਦੀਆਂ ਗਥਾਵਾਂ ਨੂੰ ਹਰ ਪੰਜਾਬੀ ਜਾਣਦਾ ਆ ਕਿ ਜੱਲਿਆਂ ਵਾਲੇ ਬਾਗ ਦਾ ਬਦਲਾ ਲੈਣ ਲਈ ਉਹ ਇੰਗਲੈਂਡ ਜਾਂਦੇ ਨੇ ਅਤੇ ਲੰਡਨ ਵਿੱਚ ਜਾ ਕੇ ਉਸ ਆਪਣੀ ਜੱਲਿਆਂ ਵਾਲੀ ਬਾਗ ਦੀ ਘਟਨਾ ਦਾ ਬਦਲਾ ਲੈਂਦੇ ਨੇ। ਪਰ ਇੰਗਲੈਂਡ ਜਾ ਕੇ ਉਹ ਕਿਹਨਾਂ ਕਿਹਨਾਂ ਲੋਕਾਂ ਨੂੰ ਮਿਲੇ ਸਨ, ਕਿੱਥੇ ਕਿੱਥੇ ਉਹਨਾਂ ਨੇ ਰੋਟੀ ਪਾਣੀ ਖਾਧਾ, ਕਿੱਥੇ ਕਿੱਥੇ ਜਾ ਕੇ ਰਾਤਾਂ ਗੁਜ਼ਾਰੀਆਂ, ਇਹ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ। ਸਾਡੇ ਨਾਲ ਮੈਸਮਪੁਰ ਪਿੰਡ ਜੋ ਫਲੌਰ ਦੇ ਨਜ਼ਦੀਕ ਆ, ਸਾਡੇ ਨਾਲ ਬਜ਼ੁਰਗ ਹਰੀ ਸਿੰਘ ਮਾਨ ਮੌਜੂਦ ਆ, ਜਿਨ੍ਹਾਂ ਦੇ ਬਜ਼ੁਰਗਾਂ ਦੇ ਕੋਲ ਜਾ ਕੇ ਸ਼ਹੀਦ ਊਧਮ ਸਿੰਘ ਉੱਥੇ ਠਹਿਰਿਆ ਸੀ। ਕਰਦੇ ਉਹਨਾਂ ਨਾਲ ਗੱਲਬਾਤ ਕਿ ਉਹਨਾਂ ਦੇ ਬਜ਼ੁਰਗ ਉਹਨਾਂ ਨੂੰ ਕੀ ਦੱਸਦੇ ਹੁੰਦੇ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਕੀ ਆਪਣਾ ਨਾਂ ਜੀ? ਮੈਨੂੰ ਹਰੀ ਸਿੰਘ ਜੀ। ਕਿੰਨੀ ਬਜ਼ੁਰਗ ਉਮਰ ਹੋ ਗਈ? 98। 100 ਤੋਂ ਇੱਕ ਘੱਟ? ਆਹੋ ਜੀ, 98 ਹੋ ਗਈ ਆ। ਅਤੇ ਬਜ਼ੁਰਗ ਤੁਹਾਡੇ ਜਿਹੜੇ ਇੰਗਲੈਂਡ ਗਏ ਸੀਗੇ, ਅਤੇ ਉਹ ਕਦੋਂ ਕੁ ਗਏ ਸੀਗੇ? ਉਹ ਤਾਂ ਬਹੁਤ ਚਿਰ ਗਏ ਆ ਜੀ, ਦਸ 36 ਸਾਲ ਇੱਥੋਂ ਗਿਆ ਨੂੰ, ਹੁਣ ਚੜ੍ਹ ਪਿਆ ਦੂਜਾ 37 ਪੂਰੇ 1936 'ਚ। ਆਹੋ 1936, ਮਤਲਬ 35-36 ਕੁ ਇੱਥੇ ਗੱਲ ਕਰਦੇ ਹੁੰਦੇ ਸੀਗੇ, ਮਤਲਬ 85-86 ਸਾਲ, ਮਤਲਬ ਹੁਣ ਮੰਨ ਲਈਏ। 87 ਸਾਲ ਇੱਥੋਂ ਗਏ ਇਹਨੂੰ ਜੀ। ਕੀ ਦੱਸਦੇ ਸੀ ਬਜ਼ੁਰਗ ਵੀ ਜਦੋਂ ਸ਼ਹੀਦ ਊਧਮ ਸਿੰਘ ਉੱਥੇ ਆਏ ਸੀ? ਉਹ ਜਦੋਂ ਆਏ ਨਾ, ਇੱਦਾਂ ਆਉਂਦਾ ਜਾਂਦਾ ਹੁੰਦਾ ਇਹਨਾਂ ਦੇ ਕੋਲ। ਅੱਛਾ। ਕਿਤੇ ਪ੍ਰਸ਼ਾਦਾ ਛਕ ਲੈਣਾ, ਕਿਤੇ ਰਾਤ ਰਹਿਣਾ, ਕਿਤੇ ਗੱਲ ਕਰ ਲੈਣੀ, ਕਿਤੇ ਚੱਲ ਜਾਣਾ ਵੀਰ ਪਿੰਡ ਦੇ ਕੋਲੋਂ, ਕਿਤੇ ਸਮਰਾਵਾਂ ਦੇ ਕੋਲ ਚਲੇ ਜਾਣਾ। ਅੱਛਾ। ਤਾਂ ਕਿਤੇ ਉਹ ਇੱਥੇ ਰੁੜਕੇ ਦੇ ਕੋਲ ਚਲ ਜਾਣਾ, ਕਹਿਣਾ ਰੁੜਕੇ ਦਾ ਹੁੰਦਾ ਸੀ ਨਾ ਕਿਰਪਾ ਸੌਂ, ਕਹਿਣਾ ਗੋਭੀ ਦੀ ਦਾਲ ਬਹੁਤ ਵਧੀਆ ਬਣਾਉਂਦਾ, ਅੱਜ ਉੱਥੇ ਪ੍ਰਸ਼ਾਦਾ ਛਕਣਾ। ਅੱਛਾ। ਅੱਜ ਕਹਿਣਾ ਮੈਂ ਵੀਰ ਪਿੰਡ ਚਲ ਜਾਣਾ, ਅਤੇ ਉਹ ਸੇਮੀਆਂ ਬਹੁਤ ਵਧੀਆ ਉਬਾਲਦਾ ਆ, ਜਿੱਦਾਂ ਉਹ ਘੁੰਮਦਾ ਮਿਲਦਾ ਗਿਲਦਾ ਹੁੰਦਾ ਸੀਗਾ, ਜਿੱਥੇ ਜਾਣਾ ਉੱਥੇ ਪ੍ਰਸ਼ਾਦੇ ਛਕ ਲੈਣੇ। ਅਤੇ ਤੁਹਾਡੇ ਬਜ਼ੁਰਗਾਂ ਦੀ ਦੁਕਾਨ ਸੀਗੀ ਉੱਥੇ? ਉਦੋਂ ਸਾਡੀ ਬੁੜੇਰੀ ਦੁਕਾਨ ਸੀਗੀ। ਅੱਛਾ। ਕਿੱਥੇ? ਸੈਂਟਰ ਲੰਡਨ ਦੇ ਵਿੱਚ? ਇਹ ਸੈਂਟਰ ਲੰਡਨ 'ਚ। ਅੱਛਾ। ਅਤੇ ਜਦੋਂ ਇਹ ਸਾਡਾ ਬਾਪ ਗੱਲ ਕਰਦਾ ਹੁੰਦਾ ਸੀ ਨਾ, ਕਹਿੰਦਾ ਮੈਂ ਲੰਡਨ 'ਚੋਂ ਗਿਆ, ਸੈਂਟਰ 'ਚੋਂ ਮੈਂ ਆਪਣੇ ਦੁਕਾਨ ਨੂੰ ਜਾਂਦਾ, ਮੈਂ ਰੇਲ ਗੱਡੀ ਜਿਹੜੀ ਜ਼ਮੀਨ ਦੇ ਥੱਲੇ ਥੱਲੇ ਉਹਦੇ 'ਚ ਜਾਂਦਾ ਹਾਂ। ਅੱਛਾ। ਜੇ ਮੈਂ ਬੈਠਾ ਹਾਂ ਅਤੇ ਜਿਹੜਾ ਡੈਰ ਸੀ ਨਾ, ਇਹ ਮੇਰੇ ਕੋਲ ਇੱਦਾਂ ਕੇ ਖਹਿ ਕੇ ਬਹਿ ਗਿਆ, ਕਹਿੰਦਾ ਮੈਨੂੰ ਕਹਿੰਦਾ ਸਿਗੜਿਆ ਪਰ ਇਹੋ, ਕਹਿੰਦਾ ਜਨਰਲ ਡਾਇਰ ਜਿਹੜਾ ਸੀ ਉਹ ਜਿਹੜਾ ਮਾਰਿਆ। ਅੱਛਾ। ਕਹਿੰਦਾ ਪਰਾਂ ਹੋ ਕੇ ਬੈਠ, ਇਹ ਕਹਿੰਦਾ ਮੇਰਾ ਨਹੀਂ ਕਿਰਾਇਆ ਦਿੱਤਾ ਆ, ਉਹ ਕਹਿੰਦਾ ਮੇਰਾ ਨਹੀਂ ਦਿੱਤਾ ਕਿਰਾਇਆ, ਕਹਿੰਦਾ ਤੂੰ ਮੈਨੂੰ ਜਾਣਦਾ ਨਹੀਂ, ਕਹਿੰਦਾ ਮੇਰੇ ਤੇ 20 ਗੋਰੇ ਫਿਰਦੇ ਆ ਗੱਡੀ ਰੇਲ ਗੱਡੀ 'ਚ। ਅੱਛਾ। ਉਹ ਕਹਿੰਦਾ ਮੈਂ ਉਹ ਵਾਂ ਜੇਲ੍ਹ, ਕਹਿੰਦਾ ਲਾਲਾ ਲਾਜਪਤ ਰਾਏ ਜੁੱਤੀਆਂ ਨੇ ਕੁੱਟ ਕੇ ਮਾਰਿਆ। ਅੱਛਾ। ਜਨਰਲ ਡਾਇਰ ਕਹਿੰਦਾ? ਆਹੋ ਗੋਰਾ ਕਹਿੰਦਾ ਜੁੱਤੀਆਂ ਨੇ ਕੁੱਟ ਕੇ ਮਾਰਿਆ, ਤੁਹਾਡੇ ਕਹਿੰਦੇ ਊਧਮ ਸਿੰਘ ਸੀਗਾ ਨਾ ਆਜੂਆ ਭਗਤ ਸਿੰਘ, ਉਹ ਮਾਰਿਆ, ਤੁਹਾਡੇ ਦਰਾਂ ਮੂਹਰੇ ਲੋਕ ਬੈਠੇ ਰਹੇ, ਮੈਂ ਚੱਕ ਕੇ ਰਾਤ ਨੂੰ ਨਾ ਫਿਰੋਜ਼ਪੁਰ ਦੇ ਮੰਡ ਜਲ ਜਾ ਕੇ ਉੱਥੇ ਲੂਹ ਕੇ ਆਇਆ ਪੈਟਰੋਲ ਪਾ ਕੇ। ਅੱਛਾ। ਤੁਸੀਂ ਮੈਂ ਉਹ ਬੰਦਾ ਤੈਨੂੰ ਤੇਰੇ ਦੁੱਖ ਮੜਾ ਦਊਂ, ਇਹ ਕਹਿੰਦਾ ਸੀ ਖੇਬੜ ਪਏ ਬਾ ਮੇਰੇ, ਮੈਂ ਗਲ ਪੈਣ ਵਾਲਾ ਹੋ ਗਿਆ ਉਹਦੇ ਫਿਰ ਉਹਦੇ ਗੋਰੇ ਦੇ, ਜਦ ਮੇਰੀ ਪੇਸ਼ਣਾ ਜੇ ਗਈ ਨਾ ਫਿਰ ਮੈਂ ਆ ਗਿਆ ਗੱਡੀਓਂ ਉਤਰ ਕੇ, ਤਾਂ ਉਹ ਉਹਨੂੰ ਸੋ ਮੂਹਰੇ ਦੁਕਾਨ 'ਤੇ ਬੈਠਾ, ਉਹ ਕਹਿੰਦਾ ਲੰਬੜਾ ਜੀ ਮੂੰਹ ਉੜਿਆ ਆ, ਕਹਿੰਦਾ ਮੈਂ ਤਾਂ ਅੱਜ ਤੇਰਾ ਥੋੜ੍ਹਾ ਦਰਸ਼ਨ ਕਰਨ ਆਇਆ, ਮੈਂ ਅੱਜ ਮਨ ਮਾਨ 'ਤੇ ਹੋਇਆ ਪਿਆ, ਮੈਂ ਅੱਜ ਮੇਰਾ ਦਿਲ ਬੜਾ ਖਰਾਬ ਹੋਇਆ ਆ।
ਤੁਹਾਡੇ ਬਜ਼ੁਰਗ ਕਹਿੰਦੇ? ਆਹੋ ਉਹਨੂੰ ਕਹਿੰਦੇ ਕਹਿੰਦੇ ਕੀ ਗੱਲ? ਕਹਿੰਦਾ ਮੈਨੂੰ ਕੁੜੀਓ ਗੋਰੇ ਨੂੰ ਮੈਨੂੰ ਮਿਹਣੇ ਮਾਰੇ ਆ। ਅੱਛਾ। ਕਹਿੰਦਾ ਤੁਹਾਡਾ ਜਿਹੜਾ ਭਗਤ ਸਿੰਘ ਕਹਿੰਦੇ ਸੀਗੇ ਉਹ ਮੈਂ ਫਿਰੋਜ਼ਪੁਰ ਫਾਜ ਮਾਰ ਕੇ ਫਿਰੋਜ਼ਪੁਰ ਦੇ ਮਾਂਡੇ ਲੋਹ ਖੇਮੇ ਆਇਆ ਪੈਟਰੋਲ ਪਾ ਕੇ। ਅੱਛਾ। ਲਾਲਾ ਲਾਜਪਤ ਤੁਹਾਡੇ ਬਹੁਤ ਬੋਲਦਾ ਸੀ, ਉਹ ਮੈਂ ਜੁੱਤੀਆਂ ਨਾਲ ਕੁੱਟ ਕੁੱਟ ਕੇ ਮਾਰਿਆ। ਅੱਛਾ। ਕਹਿੰਦਾ ਜਦੋਂ ਮੈਂ ਉਹ ਗੱਲ ਕਹਿੰਦੇ ਤਾਂ ਮੇਰੇ ਹੱਕ 'ਤੇ ਜਲਦਾ ਸੀ, ਮੇਰੀ ਪੇਸ਼ ਨੇ ਗਈ। ਜੇ ਗੱਲ ਕਰ ਵੀ ਮੈਂ ਉਹਦੇ ਗਲ ਪੈਣ ਵਾਲਾ ਇੰਨਾ ਮੈਂ ਗੁੱਸੇ 'ਚ ਆਇਆ ਸੀ ਤਾਂ ਤਦ ਮੇਰਾ ਮਨ ਬਹੁਤ ਖਰਾਬ ਹੋਇਆ। ਅੱਛਾ। ਕੁਝ ਮੈਨੂੰ ਕਹਿੰਦਾ ਅੱਛਾ ਕੋਈ ਨਾ ਜਿਗਰਾ ਕਰ ਗੱਲ ਕਰ। ਬਸ ਉਦਣ 'ਤੇ ਲਾ ਕੇ ਵੀ ਉਹਨਾਂ ਦੀ ਫਿਰ ਦੋਸਤੀ ਜ਼ਿਆਦਾ ਪੈ ਗਈ। ਅੱਛਾ। ਤੁਹਾਡੇ ਬਜ਼ੁਰਗਾਂ ਦੀ ਅਤੇ ਊਧਮ ਸਿੰਘ ਦੀ? ਊਧਮ ਸਿੰਘ ਦੀ ਉਹ ਕਹਿੰਦਾ ਮੈਂ ਇਹ ਕੰਮ ਆਇਆ, ਕਹਿੰਦਾ ਜਲ੍ਹਿਆਂਵਾਲੇ ਬਾਗ ਦਾ ਮੈਂ ਬੈਰ ਲੈਣਾ। ਅੱਛਾ। ਉਦਣ ਦੱਸਿਆ, ਉਦੋਂ ਪਹਿਲਾਂ ਨਹੀਂ ਸੀ ਦੱਸਦਾ ਕੁਛ? ਨਹੀਂ, ਕਿਸੇ ਨਾਲ ਗੱਲ ਕੀਤੀ, ਕਿਸੇ ਨਾਲ ਨਹੀਂ ਹੁਣ ਕੋਈ ਗੱਲ ਕਰਦਾ, ਲੋਕ ਵਾਲੇ ਗੱਲ ਕਰੀ ਜਾਂਦਾ ਹੈਗਾ। ਅੱਛਾ। ਪਹਿਲਾਂ ਨਹੀਂ ਸੱਚ ਦੱਸਦਾ ਕੁਛ? ਪਹਿਲਾਂ ਨਾ ਸੱਚ ਦੱਸਦਾ ਅਤੇ ਕਿੱਥੇ ਕਿੱਥੇ ਦਾ ਹੈਗਾ ਕਿੱਥੇ ਦਾ ਨਹੀਂ। ਅੱਛਾ। ਫਿਰ ਕਹਿੰਦਾ ਜਿਸ ਵੇਲੇ ਗੱਲ ਹੋਈ ਨਾ ਫਿਰ ਕਹਿੰਦਾ ਅਸੀਂ ਸਲਾਹ ਕਰਕੇ ਬਸਤੌਲ ਲਿਆਏ। ਉਹ ਕਹਿੰਦਾ ਮੈਂ ਚਲਾਉਣਾ, ਮੈਂ ਪਹਿਲਾਂ ਮਰਨਾ, ਮੈਂ ਮਰਨਾ ਅਤੇ ਮੈਨੂੰ ਮੰਨ ਦਿਓ ਗੱਲ। ਫਿਰ ਕਹਿੰਦਾ ਉਹ ਜਾ ਕੇ ਬਸਤੌਲ ਪੈਗਾ, ਫਿਰ ਪਹਿਲਾਂ ਟਰਾਈ ਕਰ ਲਓ। ਫਿਰ ਕਹਿੰਦਾ ਟਰਾਈ ਕੀਤੀ, ਜੰਗਲ 'ਚ ਗਿਆ ਬਸਤੌਲ, ਸੱਤ ਗੋਲੀ ਦਾ ਕਹਿੰਦਾ ਲੱਗਿਆ, ਚਲਾ ਕੇ ਦੇਖਿਆ ਉੱਥੇ ਉੱਥੇ ਚਲਾ ਕੇ ਉੱਥੇ ਮੈਂ ਸਾਰੇ ਸਿੱਖਿਆ ਉੱਥੇ ਜੰਗਲ ਦੇ ਵਿੱਚ। ਤਾਂ ਫਿਰ ਗੱਲ ਕੀਤੀ ਨਾ, ਫਿਰ ਆ ਕੇ ਫਿਰ ਗੱਲਾਂ ਬਾਤਾਂ ਕਰਦੇ ਰਹਿਣਾ ਅਤੇ ਗੱਲਾਂ ਬਾਤਾਂ ਕਰਦੇ ਕਰਦੇ ਫਿਰ ਇਹਨਾਂ ਦੀ ਮੀਟਿੰਗ ਹੋਣੀ ਸੀਗੀ। ਫਿਰ ਪਿਸਤੌਲ ਜਿਹੜਾ ਸੀ ਉਹ ਕਿਤਾਬ ਕੱਟ ਕੇ ਉਹਦੇ ਵਿੱਚ ਦੇਤੀ। ਅੱਛਾ। ਦੇ ਕੇ ਤਾਂ ਫਿਰ ਉਹ ਜਿੱਦਣ ਕਦੋਂ ਮੀਟਿੰਗ 'ਚ ਹੋ ਨਾ ਲੰਬੜਾ, ਤੂੰ ਨਾ ਜਾਈਂ ਮੈਨੂੰ ਇਹ ਕੰਮ ਕਰ ਲੈਂਦੇ। ਅੱਛਾ। ਸ਼ਹੀਦ ਊਧਮ ਸਿੰਘ ਤੁਹਾਡੇ ਬਜ਼ੁਰਗਾਂ ਨੂੰ ਲੰਬੜਾ ਕਹਿੰਦੇ? ਲੰਬੜ ਹੀ ਸਾਦੇ ਉੱਥੇ। ਅੱਛਾ। ਸਾਡਾ ਬਾਪ ਲੰਬੜਦਾਰੀ ਛੱਡ ਕੇ ਗਿਆ ਇੱਥੋਂ। ਅੱਛਾ। ਉੱਥੇ 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 ਕੋਈ ਨਹੀਂ ਇਹਦਾ ਨਾਂ ਲੈਂਦੇ ਸੀ, ਲੰਬੜ ਦੀ ਦੁਕਾਨ ਕਹਿੰਦੇ ਆ। ਅੱਛਾ। ਹਜੇ ਵੀ ਲੰਬੜ ਦਾ ਨਾਂ ਬੋਲਦਾ ਆ। ਅੱਛਾ। ਲਾਈ ਨਾ ਫਿਰ ਜਿੱਦਣ ਕੋਈ ਨਾ ਤਾਂ ਕਾਨਫਰੰਸ ਸੀਗੀ ਫਿਰ ਉੱਦਣ ਫਿਰ ਗਿਆ ਨਾ, ਫਿਰ ਉੱਥੇ ਲਿੱਕਾ ਪਵੇ ਉੱਥੇ ਉੱਦਣ ਮੀਟਿੰਗ ਜਿਹੜੀ ਸੀਗੀ ਉਹ ਜਿਹੜਾ ਅੰਦਰ ਜਾ ਸਕਦਾ ਉਹਦੇ ਨਾਲ ਜਨਾਨੀ ਜਾਣੀ ਚਾਹੀਦੀ ਸੀ। ਅੱਛਾ। ਹਾਲ ਦੇ ਵਿੱਚ ਉਹ ਜਿੱਥੇ ਹਾਲ 'ਚ ਜਾਣਾ। ਫਿਰ ਇੱਕ ਜਨਾਨੀ ਨੇ ਕਹਿੰਦੀ ਉਹ ਕਹਿੰਦੀ ਮੈਂ ਵੀ ਅੰਦਰ ਮੀਟਿੰਗ ਦੇਖਣੀ ਸੁਣਨੀ ਆ, ਉਹ ਕਹਿੰਦੇ ਮੈਂ ਵੀ ਦੇਖਣੀ ਆ। ਫਿਰ ਉਹ ਨਾਲ ਗਏ, ਉਹ ਕਹਿੰਦਾ ਇਹ ਤੇਰੀ ਜਨਾਨੀ? ਕਹਿੰਦੀ ਆ ਆ ਉਹ ਪੱਜ ਪਾ ਲਿਆ। ਉਹ ਉਹ ਵੀ ਉਹ ਜਨਾਨੀ ਉੱਦਾਂ ਹੀ ਗਈ ਨਾ ਦੇਖਣ ਮੀਟਿੰਗ, ਉਹ ਫਿਰ ਗਏ ਨਾ। ਫਿਰ ਕਹਿੰਦਾ ਉੱਥੇ ਗੱਲਾਂ ਕਰਦੇ ਕਰਦੇ ਉਹ ਕਹਿੰਦਾ ਇੰਡੀਆ ਜਿਹੜੀ ਆ ਉੱਧਰਲਾ ਗੋਰਾ ਪਹਿਲਾਂ ਬੋਲਿਆ ਵੀ ਉਹ ਮੇਰੇ ਹੱਥਾਂ 'ਚੋਂ ਨਿਕਲਦੀ ਜਾਂਦੀ ਆ, ਉਹ ਨਹੀਂ ਮੰਨਦੀ ਕੁਛ ਵੀ, ਮੰਨਦੀ ਉਹ ਨਹੀਂ ਮੰਨਦੀ, ਉਹ ਗੱਲ ਪੈਂਦੀ ਕਹਿੰਦੇ ਸਾਨੂੰ ਯਾਦ ਕਰੋ ਯਾਦ ਕਰੋ। ਕਹਿੰਦਾ ਤੁਸੀਂ ਮਰੇ ਹੋਏ ਆ? ਉਹ ਗੋਰਾ ਕਹਿੰਦਾ ਮਰੇ ਹੋਏ ਆ? ਮੈਂ ਕਹਿੰਦਾ ਜਲ੍ਹਿਆਂਵਾਲੇ ਬਾਗ ਗੋਲੀ 'ਚ ਲਾਏ ਸੀ, 20 ਸਾਲ ਕਹਿੰਦਾ ਨਿਕਲ ਗਏ ਆ, ਕੋਈ ਕੁਛ ਕਿਉਂ ਨਹੀਂ ਮੈਂ ਦਿੱਤਾ ਉੱਥੇ, ਹੁਣ ਮੈਂ ਇੱਧਰ ਆ ਗਿਆ, ਤੁਸੀਂ ਮੈਨੂੰ ਛੁੱਟੀ ਦਿਓ, ਤੁਹਾਨੂੰ ਮੈਂ ਕਰ ਬੰਦ ਕਰਕੇ ਦਿਖਾਲਦਾ ਇੰਡੀਆ ਨੇ ਜਿਹੜੀ ਆਜ਼ਾਦੀ ਮੰਗਦੀ, ਜੇ ਨਾ ਮੁੜ ਕੇ ਗੁਲਾਮੀ 'ਚ ਬਾਲ ਦਿੱਤੇ। ਅੱਛਾ। ਹਾਂ। ਉੱਥੇ ਪੂਰਾ ਹਕਾਰਿਆ ਸੀਗਾ, ਉੱਥੇ ਖਾਰਿਆ ਯਾਰ। ਉਹ ਫਿਰ ਉਹ ਪਹਿਲਾਂ ਉਹ ਦੂਜਾ ਬੋਲਿਆ ਨਾ ਸੀਟ 'ਤੇ ਚੜ੍ਹ ਕੇ ਅਤੇ ਉਦੋਂ ਤੋਂ ਉਹਨੂੰ ਗੱਲਾਂ ਕੀਤੀਆਂ, ਫਿਰ ਚੜ੍ਹ ਕੇ ਫਿਰ ਬੋਲਿਆ, ਕਹਿੰਦਾ ਮੈਨੂੰ ਆਰਡਰ ਦਿਓ ਕਾਨੂੰਨ ਕਦੇ ਨਾ ਅਤੇ ਮੈਂ ਕਹਿੰਦਾ ਜਾ ਕੇ ਜੇ ਇੰਡੀਆ ਕੁਛ ਜੋ ਤੋਂ ਕਹਿ ਦਿਓ। ਜਦ ਆਹ ਗੱਲ ਕਹੀ ਇਹ ਮੂਹਰੇ ਲਾਗੇ ਗਿਆ ਸੀਗਾ, ਬਸ ਫਿਰ ਇਹਨੂੰ ਫੈਲ ਕਰ ਦਿੱਤਾ, ਬਸ ਫਿਰ ਸਾਨੂੰ ਅਲੱਦ ਕੇ ਛੱਡ ਦਿੱਤਾ। ਹਲਾ ਕੀ ਹੋ ਗਿਆ? ਦੁਨੀਆ ਇੱਧਰ ਸੌਂ ਗਈ, ਕਹਿੰਦਾ ਜਿੰਨੇ ਗੋਰੇ ਕਰ ਰਹੇ ਸੀ ਵੱਡੇ ਵੱਡੇ ਅਫਸਰ ਜਿਹੇ ਲੰਮੇ ਪੈ ਗਏ ਜਦ ਗੋਲੀ ਚੱਲੀ ਆ। ਬਸ ਫਿਰ ਕਹਿੰਦਾ ਉਹ ਕਹਿੰਦਾ ਫਿਰ ਉੱਠ ਕੇ ਖੜਾ, ਉਹ ਕਹਿੰਦਾ ਨੱਠਣਾ ਨਹੀਂ ਮੈਂ, ਜਾਣਾ ਨਹੀਂ ਕਿਤੇ, ਸ਼ੇਰ ਦਾ ਪੁੱਤ ਸ਼ੇਰਾਂ ਨੂੰ ਕੰਮ ਕਰੂਗਾ। ਫਿਰ ਉਹ ਐਨ ਪੱਧਰੇ ਖੜਾ ਰਿਹਾ। ਫਿਰ ਕਹਿੰਦਾ ਉਹਨਾਂ ਦੀ ਪੁਲਿਸ ਆਈ ਅਤੇ ਫਿਰ ਮੈਨੂੰ ਫੜਿਆ ਉਹਨਾਂ ਨੂੰ ਜੀ।
ਫੇਰ ਫੜ ਕੇ ਇਹ ਸਾਰੀਆਂ ਗੱਲਾਂ ਫਿਰ ਤੁਹਾਨੂੰ ਬਜ਼ੁਰਗਾਂ ਨੇ ਦੱਸੀਆਂ ਦੱਸੀ ਨਾ ਉਹ ਤੇ ਤੁਹਾਡੇ ਬਜ਼ੁਰਗ ਪੂਰੇ ਕਦੋਂ ਹੋਏ ਵੇ ਹੁਣ ਉਹਦੇ ਹੋ ਕੇ 18-20 ਸਾਲ ਹੋ ਗਏ ਉਹਦਾ ਅੱਛਾ ਉਹਨੂੰ ਤੁਹਾਡੇ ਪਿੰਡ ਦੇਖ ਰਹੇ ਸੀ ਅਸੀਂ ਬਾਬਾ ਜਿਹੜੇ ਹੁਕਮਾ ਸਿੰਘ ਸੀਗੇ ਉਹਨਾਂ ਬਾਰੇ ਦੱਸੋ ਕੀ ਉਹਨਾਂ ਦਾ ਇਤਿਹਾਸ ਉਹ ਤਾਂ ਕੁਸ਼ਤੀ ਕੁਲਦਾ ਹੁੰਦਾ ਸੀਗਾ ਅੱਛਾ ਉਹਦਾ ਬੜਾ ਬਹੁਤ ਬੜਿਆਂ ਜੋਰਾਂ 'ਚ ਕੁਲਦਾ ਹੁੰਦਾ ਸੀਗਾ ਅੱਛਾ ਮੇਰੇ ਦੇਖਣ 'ਚ ਨਾ ਉਦੋਂ ਦੌਲਾ ਹੁੰਦਾ ਸੀ ਫਜਲਾ ਹੁੰਦਾ ਸੀ ਰਹਿਮਾ ਸੀ ਇਹ ਸੀ ਗੜ ਸੰਕੜੇ ਕੰਜਰ ਕਦੋਂ ਕਦੋਂ ਕੁ ਹੋਇਆ ਇਹ ਕਦੋਂ ਕਦੀਆਂ ਗੱਲਾਂ ਬਹੁਤ ਚਿੜਦੀਆਂ ਅਤੇ ਬਾਹਲੀਆਂ ਚਿੜਦੀਆਂ ਗੱਲਾਂ ਤਾਂ ਫਿਰ ਅਜੀਜ਼ ਹੁੰਦਾ ਸੀ ਜਲੰਧਰ ਦਾ ਅਤੇ ਇੱਕ ਹੁੰਦਾ ਸੀਗਾ ਬੁੱਧੂ ਇਹ ਮਾਲ ਨਾਲ ਕੋਲ ਕਰਦੇ ਹੁੰਦੇ ਤਕੜੇ ਸੀਗੇ ਤਕੜੇ ਸੀ ਇਹਦਾ ਗੁਰਜ ਜਿੱਦਾਂ ਗੁਰਜ ਹੁਣ ਉਹ ਹਟ ਗਿਆ ਜਿਹੜਾ ਦੌਲਾ ਸੀ ਉਹ ਫਿਰ ਗੁਰਜ ਲੈ ਗਿਆ ਸੀਗਾ ਪਹਿਲਾਂ ਉਹ ਪੰਜ ਭਰਾ ਸੀ ਕੰਜਨ ਗੜ ਸੰਕਰੇ ਵਾਲੇ ਅੱਛਾ ਅਤੇ ਉਹ ਬਹੁਤ ਵੱਡੇ ਹੋਏ ਸੀ ਉਦੋਂ ਇੱਧਰ ਖਾਨ ਛਾਪੜੀ ਵਾਲਾ ਤੇਲੀ ਆਉਂਦਾ ਹੁੰਦਾ ਸੀ ਆਇਓਡੀਆ ਨਹੀਂ ਲੱਤਾ ਖਾਨ ਛਾਪੜੀ ਵਾਲਾ ਤੇਲੀ ਜਿਹੜਾ ਸੀਗਾ ਸੁਣਦੇ ਸੀ ਮੈਂ ਦੇਖਿਆ ਤਾਂ ਨਹੀਂ ਉਹ 20-25 ਸੇਰ ਸਿਰੋਂ ਦੀ ਕਹਾਣੀ ਕੱਢ ਦਿੰਦਾ ਸੀ ਗੇੜ ਕੇ ਐਡਾ ਜਵਾਨ ਸੀਗਾ ਐਰਡੇ ਉਹਦੇ ਪੱਟ ਹੁੰਦੇ ਸੀਗੇ ਅਤੇ ਕੋਸ਼ਿਸ਼ ਕਰ ਦਿੰਦਾ ਉਹ ਸਵਾ 6 ਪਲੂਚਾ ਹੁੰਦਾ ਖਾਨ ਛਾਪੜੀ ਤੇਲੀ ਅਤੇ ਜਿਹੜੇ ਬਾਬਾ ਬਿੰਡਾ ਸਿੰਘ ਦਾ ਗੁਰਦੁਆਰਾ ਬਣਿਆ ਉਹਦਾ ਕੀ ਇਤਿਹਾਸ ਹੈ ਇਹ ਤਾਂ ਬਾਅਦ ਹੁਣ ਜੋ ਸੱਚੀ ਗੱਲ ਕਰੋ ਤਾਂ ਔਖੀ ਗੱਲ ਆ ਇਹ ਤਾਂ ਬਾਬਾ ਬੰਡਾ ਸਿੰਘ ਦਾ ਹੁਣੇ ਹੀ ਬਣਿਆ ਇਸ 4th ਵਾਰੀ ਗੁਰਦੁਆਰਾ ਇਹ ਬਣਿਆ ਇਹ ਅੱਛਾ ਜੀ ਢਾਹ ਢਾਹ ਕੇ ਬਣਾਇਆ ਪਹਿਲਾਂ ਛੋਟਾ ਜਿਹਾ ਪਹਿਲਾਂ ਸੀ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਅਸੀਂ ਕੌਡਾਂ ਖੇਡਦੇ ਹੁੰਦੇ ਸੀਗੇ ਜੀ ਫਿਰ ਉਹ ਕੌਡਾਂ 'ਤੇ ਫਿਰ ਉਹ ਇੱਕ ਬੰਦਾ ਬਿਮਾਰ ਹੋ ਗਿਆ ਇਹ ਸਿੱਖਾਂ ਦੀ ਪੱਟੀ ਹੋ ਸਿੱਖਾਂ ਦਾ ਬੰਦਾ ਆ ਜੀ ਅਤੇ ਜਿਹੜਾ ਨਹਿਰ ਲੱਗ ਗਿਆ ਤਾਲਪੁਰ ਵਾਲਾ ਉਹ ਕਿੱਦਾਂ ਕਿੱਦਾਂ ਬਣਾ ਗੁਰਦੁਆਰਾ ਇਹ ਇਹ ਤਾਂ ਹੁਣ ਇਹ ਇੱਕ ਗੁਰਦੁਆਰਾ ਸਾਡੇ ਪਿੰਡ ਇੱਧਰ ਸੀਗਾ ਉਹਦੇ ਚੇਲੇ ਸੀਗੇ ਉਹ ਚੇਲੇ ਮਰੋਂ ਆ ਕੇ ਡੱਬਰ ਟੁੱਬਰ ਕਰ ਲਿਆ ਅਤੇ ਗੁਰਦੁਆਰਾ ਉਹਨੇ ਛੱਡਤਾ ਉਹਨੇ ਬੀੜਾਂ ਸੀ ਅੰਮ੍ਰਿਤਸਰ ਜਾ ਕੇ ਦਾਖਲ ਕਰਾਏ ਅਤੇ ਗੁਰਦੁਆਰਾ ਬੁਲਾਇਆ ਜਾ ਉਹਦੇ ਤਾਂ ਫਿਰ ਲੋਕ ਸਾਡੇ ਪਾਸੇ ਦੇ ਕਹਿੰਦੇ ਵੀ ਆਪਾਂ ਨੂੰ ਗੁਰਦੁਆਰਾ ਤਾਂ ਚਾਹੀਦਾ ਆ ਫਿਰ ਗੁਰਦੁਆਰਾ ਫਿਰ ਖੱਤਿਆਂ 'ਚ ਫਿਰ ਜਾ ਕੇ ਬਣਾਇਆ ਹੈਗਾ ਮੈਂ ਇਹ ਦੱਸਦਾ ਵੀ ਜਿਹਨੂੰ ਤੁਹਾਡੀ 100 ਦੀ ਉਮਰ ਹੋ ਚੱਲੀ ਆ ਸਿਹਤ ਕਿੱਦਾਂ ਤੁਰ ਫਿਰ ਲੈਂਦੇ ਆ ਰੋਟੀ ਪਾਣੀ ਸਾਰਾ ਕੁਛ ਨਹਾ ਧੋ ਕਰ ਲੈਂਦੇ ਆਪਣਾ ਮੈਂ ਤਾਂ ਭਰਾਵਾ 10 ਕੁ ਤੁਰ ਫਿਰ ਚੱਲ ਜਾਂਦਾ ਸੀਗਾ ਤਾਂ ਆਹ ਮੈਂ ਹੁਣ ਢਿੱਲਾ ਹੋਇਆ ਨਾ ਕੰਮ ਕਦੋਂ ਕੁ ਛੱਡਿਆ ਕੰਮ ਤਾਂ ਥੋੜ੍ਹਾ ਚਿਰ ਹੀ ਹੋਏ ਛੱਡੇ ਮੈਂ ਤਾਂ ਸਰਦਾਰ ਜੀ ਮੇਰਾ ਹੁਣ ਤੱਕ ਪੈਣਾ ਕੱਢਦਾ ਰਿਹਾ ਅੱਛਾ ਮੈਂ ਹੁਣ ਵੀ ਬੜਾ ਕੱਢ ਕੇ ਦਿਖਾ ਦਿੰਦਾ ਤੁਹਾਨੂੰ ਅੱਛਾ ਮੈਂ ਤਾਂ ਹੁਣ ਤੱਕ ਬੈਠਾ ਕੱਢੀ ਗਿਆ ਨਾ ਬੁਖਾਰ ਚੜ੍ਹਨ ਨਾਲ ਥੋੜ੍ਹਾ ਜਿਹਾ ਹੋ ਗਿਆ ਹੈ ਬੁਖਾਰ ਨਾ ਪਿਆ ਡਿੱਗ ਗਿਆ ਨਾ ਸਾਰਾ ਕੁਝ ਜ਼ਿਲ੍ਹਾ ਜਲੰਧਰ ਤਹਿਸੀਲ ਫਲੌਰ ਪਿੰਡ ਮਹਿਸਮਪੁਰ ਵਿੱਚ ਮੌਜੂਦ ਹਾਂ ਪਰ ਇਹ ਪਿੰਡ ਉਦੋਂ ਵੀ ਸੁਰਖੀਆਂ ਵਿੱਚ ਆਇਆ ਸੀ ਜਦੋਂ 1988 ਦੇ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦਾ ਇੱਥੇ ਕਤਲ ਕਰ ਦਿੱਤਾ ਗਿਆ ਸੀ ਤੁਸੀਂ ਜੋ ਦ੍ਰਿਸ਼ ਦੇਖ ਰਹੇ ਹੋ ਇਹ ਉਸੇ ਸਥਾਨ ਦੇ ਨੇ ਉਸੇ ਮੋਟਰ ਦੇ ਨੇ ਉਸੇ ਖੂਹ ਦੇ ਨੇ ਜਿੱਥੇ ਅਖਾੜਾ ਲੱਗਣ ਤੋਂ ਪਹਿਲਾਂ ਅਮਰ ਸਿੰਘ ਚਮਕੀਲਾ ਦਾ ਕਤਲ ਹੋ ਗਿਆ ਸੀ ਕੁਛ ਚਸ਼ਮਦੀਦ ਜਿਨ੍ਹਾਂ ਨੇ ਇਹ ਸਾਰਾ ਘਟਨਾਕ੍ਰਮ ਆਪਣੇ ਅੱਖੀਂ ਦੇਖਿਆ ਉਹ ਸਾਡੇ ਨਾਲ ਮੌਜੂਦ ਆ ਉਹਨਾਂ ਤੋਂ ਜਾਣਦਿਆਂ ਉਸ ਵੇਲੇ ਦਾ ਸੂਰਤ ਹਾਲ ਕਿ ਕਿਵੇਂ ਕਿਵੇਂ ਉਹ ਘਟਨਾ ਵਾਪਰੀ ਸੀ ਅਤੇ ਉਸ ਵੇਲੇ ਉਹ ਕਿੱਡੇ ਕਿੱਡੇ ਕੁ ਸੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਇਹ ਜਦੋਂ ਘਟਨਾ ਵਾਪਰੀ ਆ ਅਤੇ ਉਸ ਵੇਲੇ ਤੁਸੀਂ ਕਿੰਨੀ ਕੁ ਉਮਰ ਸੀ ਤੁਹਾਡੀ ਦੇਖੋ ਜੀ ਮੈਂ 71 ਦਾ ਬੋਰਨ ਆ ਸੰਨ 88 ਦੇ ਵਿੱਚ ਮੈਂ ਮੈਟ੍ਰਿਕ ਦੀ ਸਿੱਖਿਆ ਲੈ ਰਿਹਾ ਸੀਗਾ ਹਿੰਦੀ ਦਾ ਪੇਪਰ ਸੀ ਉਸ ਦਿਨ 8 ਮਾਰਚ 1988 ਨੂੰ ਬਸ ਪੇਪਰ ਜਲਦੀ ਜਲਦੀ ਨਿਬੇੜ ਕੇ ਬਿਲਕੁਲ ਇਸ ਸਥਾਨ 'ਤੇ ਪਹੁੰਚ ਗਏ ਸੀ ਅਤੇ ਉਸ ਵੇਲੇ ਫਿਰ ਤੁਹਾਨੂੰ ਪੂਰਾ ਯਾਦ ਹੈ ਇਹਦਾ ਮਤਲਬ ਉਸ ਵੇਲੇ ਤੱਕ ਅਤੇ ਕਿੱਦਾਂ ਕੀ ਗੱਲ ਹੋਈ ਸੀਗੀ ਉਸ ਵੇਲੇ ਜਦੋਂ ਅਖਾੜਾ ਲੱਗਾ ਅਖਾੜਾ ਤਾਂ ਲੱਗਾ ਹੀ ਨਹੀਂ ਜੀ ਅਸਲ ਦੇ ਵਿੱਚ ਅੱਛਾ ਤਿਆਰੀਆਂ ਹੋ ਰਹੀਆਂ ਹਾਂ ਬਸ ਇਹ ਤਿਆਰੀ ਸੀ ਇਹ ਪਹਿਲਾਂ ਤਾਂ ਮੈਨੂੰ ਦੱਸੋ ਵੀ ਇਹ ਜਿਹੜੀ ਮੋਟਰ ਖੂਹ ਆ ਉਸ ਵੇਲੇ ਇਹ ਘਰ ਇੱਥੇ ਵੱਸਦਾ ਸੀਗਾ ਉਸ ਵੇਲੇ ਇਹ ਘਰ ਬਿਲਕੁਲ ਵੱਸਦਾ ਸੀਗਾ ਇੱਥੇ ਵਿਆਹ ਦਾ ਪ੍ਰੋਗਰਾਮ ਸੀ ਕਿਹਦਾ ਵਿਆਹ ਸੀਗਾ ਸਟੀਵਨ ਸਿੰਘ ਦੁਲੇਦਾ ਜੀ ਅੱਛਾ ਅਤੇ ਉਹ ਅੱਜ ਕੱਲ੍ਹ ਕਿੱਥੇ ਨੇ ਉਹ ਅੱਜ ਕੱਲ੍ਹ ਕੈਨੇਡਾ ਨੇ ਅੱਛਾ ਅੱਜ ਕੱਲ੍ਹ ਕੈਨੇਡਾ ਜੀ ਠੀਕ ਹੈ ਅਤੇ ਇੱਥੇ ਅਖੰਡ ਪਾਠ ਸਾਹਿਬ ਖੁੱਲ੍ਹਾ ਸੀਗਾ ਅਖੰਡ ਪਾਠ ਭੋਗ ਤੋਂ ਵਿੱਚ ਕੜਮਾਈ ਪੈਣੀ ਸੀਗੀ ਕੜਮਾਈ ਤੋਂ ਬਾਅਦ ਅਮਰ ਸਿੰਘ ਚਮਕੀਲੇ ਦਾ ਅਖਾੜਾ ਲੱਗਣਾ ਸੀ ਇੱਥੇ ਅਤੇ ਆਹ ਆਪਣੇ ਨਾਲ ਹੀ ਇੱਥੇ ਇੱਕ ਉੱਥੇ ਵੀ ਰਿਹਾਇਸ਼ ਸੀਗੀ ਇਸੇ ਤਰ੍ਹਾਂ ਮੋਟਰ 'ਤੇ
चमकीला ते उन्हां दी पार्टी नूं उत्थे पहला रोटी पानी खवाया गया। उन्होंने उन्हां नूं डिमांड की सी कि तुसी इदा कड़माई दा जिहड़ा टाइम आ उन्ना चिर रुक जाओ भी पिंड नूं सारे नूं लंगर पानी छकाउणा आ ते उस तों बाद आपां खाड़ा लाउणा। उस टाइम चमकीला जी ने परिवारक मैंबरां तों जां जिहड़े उस वेले कम कर रहे सीगे इत्थे बंदे उन्हां नूं कहा सीगा कि जे सारे पिंड नूं लंगर आ भी सानूं भी इत्थे लंगर छका दिओ। फिर इस मोटर तों इत्थों लंगर बण बणिया सीगा जो वह उस मोटर ते जाके उन्हां नूं छकाया गया। अच्छा, ते जो जिस टाइम कड़माई का काम ते खंड पाठ का जो भोग पैना सीगा महाराज के सरूप चले गए। उस तो बाद चमकीले हुणी इत्थे नूं आए उत्थों रवाना हो गए। इत्थे पहुँचते सारे ही जदों गड्डी दीआं बारियां खुल्लियां ते उस वेले अटैक हो गया सी। ਤੁਸੀਂ ਹੁਣ ਸਾਨੂੰ ਦਿਖਾਓਗੇ ਕਿਹੜੀ ਮੋਟਰ ਤੋਂ ਉਸ ਵੇਲੇ ਜਿਹੜਾ ਖਾਣਾ ਖਾ ਕੇ ਆਏ ਸੀ ਅਤੇ ਜਦੋਂ ਆਉਣ ਤੋਂ ਬਾਅਦ ਇਹ ਘਟਨਾ ਵਾਪਰੀ? ਹਾਂ, ਦਿਖਾ ਸਕਦੇ ਹਾਂ। ਉਹ ਸਾਹਮਣੇ ਚੁਆਰਾ ਬਿਲਕੁਲ ਦਿਖਾਈ। ਅੱਛਾ ਜੀ, ਇਹ ਇਹਨਾਂ ਦੇ ਜਿਹੜੇ ਉਹਨਾਂ ਦਾ ਚਾਚੇ ਤਾਇਆ ਦਾ ਸੀ? ਵੈਸੇ ਗੁਆਂਢੀ ਸੀ। ਅੱਛਾ, ਉਸ ਚੁਆਰੇ ਉਸ ਟਾਈਮ ਉੱਥੇ ਵੀ ਰਹਿਸ਼ ਸੀ। ਅੱਛਾ, ਉੱਥੇ ਚੁਆਰੇ 'ਚ ਬੈਠ ਕੇ ਰੋਟੀ ਪਾਣੀ ਖਾਧਾ? ਚੁਆਰੇ ਵਿੱਚ ਨਹੀਂ ਬੈਠੇ, ਇੱਦਾਂ ਹੀ ਓਪਨ ਦੇ ਵਿੱਚ ਹੀ ਛੱਤ ਦੇ ਉੱਤੇ ਬਹਿ ਕੇ ਮੰਜੇ ਡਾਹ ਕੇ ਰੋਟੀ ਖਾਧੀ ਗਈ। ਇਸ ਰਸਤੇ ਸਿੱਧੇ ਆਏ ਆ, ਇਸ ਜਗ੍ਹਾ ਤੇ ਆ ਕੇ ਗੱਡੀ ਖੜੀ ਹੁੰਦੀ ਆ ਜਦੋਂ ਉਹਨਾਂ ਤੇ ਅਟੈਕ, ਥੋੜਾ ਜਿਹਾ ਅੱਗੇ ਸੀਗਾ। ਹਾਂਜੀ, ਸਟੇਜ ਉਸ ਟਾਈਮ ਆ ਜਿੱਥੇ ਆੜੂ ਦਾ ਦਰਖਤ ਇਹਦੇ ਵਿੱਚ ਇੱਥੇ ਕੋਨੇ ਤੇ ਸੀ ਤੇ ਆਪਣੀ ਬੈਕ ਸਾਈਡ ਤੋਂ ਉਸ ਟਾਈਮ ਕਣਕ ਦੀ ਕਟਾਈ ਕੀਤੀ ਹੋਈ ਸੀ ਕਿਉਂਕਿ ਮਾਰਚ ਦੇ ਵਿੱਚ ਕਣਕ ਨਿਸਰੀ ਹੁੰਦੀ ਆ। ਇੱਥੋਂ ਪਿੱਛੋਂ ਕਣਕ ਦੀ ਕਟਾਈ ਸੀਗੀ, ਜਿਹੜਿਆਂ ਨੇ ਪ੍ਰੋਗਰਾਮ ਦਾ ਇੰਜੋਏ ਕਰਨਾ ਸੀਗਾ ਉਹਨਾਂ ਦੇ ਬੈਠਣ ਲਈ। ਅੱਛਾ, ਪਰ ਕਈ ਪਾਉਂਦੇ ਹੁੰਦੇ ਜੀ ਉੱਥੇ ਚਮਕੀਲੇ ਦੀ ਮਟੀ ਬਣੀ ਜਗ੍ਹਾ ਬਣੀ, ਉਹ ਕੀ ਕੀ ਰੌਲਾ? ਕੋਈ ਰੌਲਾ ਨਹੀਂ ਹੈਗਾ। ਕਿੱਥੇ ਹੋਈ ਸੀ ਘਟਨਾ? ਇੱਥੇ ਹੋਈ ਸੀ ਘਟਨਾ? ਇੱਥੇ, ਬਿਲਕੁਲ ਇੱਥੇ। ਅੱਛਾ, ਹਾਂਜੀ, ਤੁਹਾਡੇ ਅੱਖਾਂ ਦੇ ਸਾਹਮਣੇ ਹੋਈ ਸਾਰੀ? ਬਿਲਕੁਲ ਇੱਥੇ ਸੀ, ਮੈਂ ਮੌਜੂਦ ਸੀ ਜੀ। ਤੁਸੀਂ ਦੱਸੋ ਜੀ ਉਸ ਵੇਲੇ ਜਦੋਂ ਇਹ ਘਟਨਾ ਹੋਈ ਆ ਤੁਸੀਂ ਵੀ ਮੌਜੂਦ ਸੀਗੇ? ਬਿਲਕੁਲ ਜੀ, ਮੈਂ ਮੌਜੂਦ ਸੀ ਇੱਥੇ ਜੀ। ਲਗਭਗ ਮੇਰੀ ਉਮਰ 11 ਸਾਲ ਦੀ ਸੀਗੀ। ਅੱਛਾ, ਮੈਂ 5ਵੀਂ 'ਚ ਪੜ੍ਹਦਾ ਸੀ ਅਤੇ ਮੈਂ ਜਦੋਂ ਪਤਾ ਲੱਗਾ ਵੀ ਚਮਕੀਲਾ ਜੀ ਨੇ ਆਉਣਾ ਤਾਂ ਉਹ ਨਾਮ ਸੀ ਬੜਾ ਉਹਨਾਂ ਦਾ, ਉਹਨਾਂ ਦਿਨ 'ਚ ਬੜਾ ਬੋਲਬਾਲਾ ਸੀ ਜੀ। ਅਤੇ ਮੈਂ ਵੀ ਛੁੱਟੀ ਕੀਤੀ ਅਤੇ ਮੈਂ ਵੀ ਦੇਖਣਾ ਚਾਹਿਆ ਚਲੋ ਚਮਕੀਲਾ ਜੀ ਨੂੰ ਦੇਖਾਂ। ਅਤੇ ਮੈਂ ਜਦੋਂ ਇੱਥੇ ਪਹੁੰਚਿਆ ਤਾਂ ਇੱਥੇ ਭੋਗ ਦੀ ਸਮਾਪਤੀ ਸੀ, ਤਕਰੀਬਨ ਲੰਗਰ ਪਾਣੀ ਚੱਲਦੇ ਸੀਗੇ। ਮੇਰੇ ਨਾਲ ਦੋ ਜਵਾਕ ਵੀ ਸੀ ਅਤੇ ਮੈਂ ਅੰਦਰ ਲੰਗਰ ਪ੍ਰਸ਼ਾਦ ਦਾ ਜਦੋਂ ਜਵਾਕਾਂ ਨੂੰ ਹੁੰਦਾ ਅੰਦਰ ਚਲੇ ਗਏ ਅਤੇ ਉਧਰੋਂ ਥੋੜ੍ਹੀ ਜਿਹੀ ਦੇਰ ਬਾਅਦ ਜਿੱਦਾਂ ਬਾਹਰ ਰੌਲਾ ਪੈ ਗਿਆ ਵੀ ਚਮਕੀਲਾ ਜੀ ਆ ਗਿਆ, ਚਮਕੀਲਾ ਜੀ ਆ ਗਿਆ, ਉਹਨਾਂ ਦੀ ਗੱਡੀ ਆ ਗਈ। ਅਤੇ ਇੱਕਦਮ ਅਸੀਂ ਬਾਹਰ ਨੂੰ ਜਦੋਂ ਅੰਦਰੋਂ ਆਏ ਹਾਂ ਤਾਂ ਮੈਂ ਅਜੇ ਗੇਟ ਤੋਂ ਬਾਹਰ ਹੀ ਆਇਆ ਸੀ ਅਜੇ, ਅਤੇ ਲੱਗ ਹਾਂ ਸਾਹਮਣੇ ਵਾਲਾ ਗੇਟ ਘਰ ਦਾ ਜਿਹੜਾ ਮੇਨ ਗੇਟ ਸੀਗਾ। ਅੱਛਾ, ਅਤੇ ਸਾਹਮਣੇ ਬਸ ਇੱਕਦਮ ਗੋਲੀਆਂ ਚੱਲਣ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ। ਅੱਛਾ, ਫਿਰ ਇੱਕਦਮ ਸਾਰੇ ਲੋਕ ਪਿੱਛਾ ਨੂੰ ਭੱਜੇ ਅਤੇ ਮੈਂ ਵੀ ਉਹਨਾਂ ਦੇ ਨਾਲ ਪਿੱਛਾ ਨੂੰ ਹੋ ਗਿਆ ਅਤੇ ਮੈਂ ਰਸਤਾ ਮੈਨੂੰ ਕੋਈ ਮਿਲਿਆ ਨਹੀਂ, ਮੈਂ ਕੋਠੇ 'ਤੇ ਚੜ੍ਹ ਗਿਆ ਸਿੱਧਾ। ਅੱਛਾ, ਕੋਠੇ ਤੋਂ ਸਾਹਮਣੇ ਮੈਂ ਦ੍ਰਿਸ਼ ਦੇਖਿਆ ਵੀ ਹਾਂ ਸਾਹਮਣੇ ਉਹ ਜੰਗਲਿਆਂ ਦੇ ਵਿੱਚ ਸੀ, ਸਾਰਾ ਪੱਧਰਾ ਸੀ ਉਦੋਂ ਅਤੇ ਦੇਖਦਾ ਪਿਆ ਸੀ ਇੱਥੇ ਗੋਲੀ ਦੇ ਕੋਲ ਦੋ ਬੰਦੇ ਸੀ, ਤਿੰਨ ਸਕੂਟਰ 'ਤੇ ਉਹ। ਅੱਛਾ, ਅਤੇ ਉਹ ਬਾਅਦ ਵਿੱਚ ਬਾਹਾਂ ਖੜੀਆਂ ਕਰਕੇ ਵੀ ਤਕਰੀਬਨ ਇੱਧਰ ਪਿੰਡ ਵੱਲ ਨੂੰ ਚਲੇ ਗਿਆ ਸੀ ਗੋਲੀਆਂ ਮਾਰ ਕੇ। ਹਾਂ, ਇਸ ਰਸਤੇ ਮੈਂ ਕੱਚਾ ਰਸਤਾ ਸੀਗਾ ਸਾਰਾ ਮਠੱਡਿਆਂ ਵਾਲਾ ਜੀ, ਇਹ ਰਸਤਾ ਵੀ ਕੱਚਾ ਸੀ ਉਦੋਂ। ਅਤੇ ਬਾਅਦ ਵਿੱਚ ਜਦੋਂ ਮੈਂ ਫਿਰ ਆ ਕੇ ਲਾਸ਼ਾਂ ਵੇਖੀਆਂ ਇਹਨਾਂ ਦੀਆਂ ਪਈਆਂ ਹੋਈਆਂ ਅਤੇ ਇੱਕ ਤੜਫਦਾ ਪਿਆ ਸੀ ਕਾਫੀ ਦੇਰ ਢੋਲਕੀ, ਉਹ ਮੁੰਡਾ ਜਿਹੜਾ ਕਹਿੰਦੇ ਢੋਲਕੀ ਦੇਬੂ ਸੀ ਉਹਦਾ ਨਾਂ ਸ਼ਾਇਦ ਕਹਿੰਦੇ, ਵੀ ਉਹ ਕਾਫੀ ਦੇਰ ਪਾਲੀ ਪਾਸੇ ਡਿੱਗਿਆ ਪਿਆ ਤੜਫਦਾ ਰਿਹਾ, ਉਹਨੂੰ ਕਿਸੇ ਨੇ ਚੱਕਿਆ ਨਹੀਂ, ਕਿਸੇ ਨੂੰ ਬੁਲਾਇਆ ਨਹੀਂ, ਕੋਈ ਡਰੇ ਹੋਏ ਸੀ ਲੋਕ ਸਾਰੇ ਦੌੜ ਗਏ, ਕਾਫੀ ਭਗਦੜ ਮੱਚ ਗਈ ਸੀ, ਜਾਣੀ ਕੋਈ ਕਿਸੇ ਨੂੰ ਪਛਾਣਦਾ ਨਹੀਂ, ਸਭ ਦੌੜ ਗਏ ਸੀ ਸਾਰੇ ਤੋਂ। ਪਰ ਹੋਇਆ ਜ਼ਿਆਦਾ, ਬਹੁਤ ਜ਼ਿਆਦਾ ਮਾੜੀ ਗੱਲ ਹੋਈ ਹੈ, ਨਹੀਂ ਹੋਣਾ ਚਾਹੀਦਾ। ਚਲੋ ਆਪਣਾ ਕੰਮ ਧੰਦਾ ਕਰਦਾ ਸੀ, ਆਪਣਾ ਬਿਜ਼ਨਸ ਸੀ ਉਹਦਾ ਕਰਦਾ ਸੀ, ਪਰ ਗਲਤ ਹੋਇਆ ਸਾਰਾ ਜੋ ਵੀ ਹੋਇਆ। ਇੱਕ ਦੱਸਦੇ ਨਹੀਂ ਕਿ ਉਸ ਵੇਲੇ ਤੁਹਾਡੇ ਬਜ਼ੁਰਗ ਸਾਊਂਡ ਦਾ ਕੰਮ ਕਰਦੇ ਸੀਗੇ ਵੀ ਪਹਿਲਾਂ ਬੁਕਿੰਗ ਉਹਨਾਂ ਨਾਲ ਹੋਈ ਸੀਗੀ? ਹਾਂਜੀ, ਮੇਰੇ ਡੈਡੀ ਪਹਿਲਾਂ ਕਰਦੇ ਸੀ ਸਾਰਾ ਸਾਊਂਡ ਦਾ ਕੰਮ, ਜਿਹੜਾ ਉਸ ਹਿਸਾਬ ਨਾਲ ਸਮੇਂ ਦੇ ਹਿਸਾਬ ਨਾਲ ਸੀਗਾ ਜੀ। ਅਤੇ ਇਹ ਸਾਡੇ ਅੰਕਲ ਜੀ ਬਲਿਆਰ ਜਿਹੜਾ ਜਿਨ੍ਹਾਂ ਦੇ ਬੇਟੇ ਦਾ ਵਿਆਹ ਸੀ ਉਹਨਾਂ ਨਾਲ ਗੱਲ ਹੋਈ ਸੀ, ਉਹ ਇਹ ਕਹਿੰਦੇ ਸੀ ਅਸੀਂ 250 ਰੁਪਏ ਦੇ ਦੇਵਾਂਗੇ, ਉਹ ਕਹਿੰਦਾ ਸੀ ਸਾਡਾ ਬਜ਼ੁਰਗ ਚਮਕੀਲੇ ਨੇ ਗਾਉਣਾ ਹੋਵੇ ਤਾਂ ਉਸ ਵੇਲੇ 250 ਰੁਪਈਆ। ਹਾਂਜੀ, ਅਤੇ ਡੈਡੀ ਸਾਡੇ ਫਿਰ ਅੜ ਗਿਆ, ਕਹਿੰਦੇ ਨੇ ਅਸੀਂ 300 ਲੈਣਾ ਬਈ, 300 ਤੋਂ ਘੱਟ ਨਹੀਂ ਲੱਗਣਾ। ਅੱਛਾ, ਫਿਰ ਉਹ ਇਸ ਕਰਕੇ ਕੰਮ ਉਹਨਾਂ ਨੇ ਛੱਡਤਾ ਸੀ, ਫਿਰ ਪਤਾ ਨਹੀਂ ਛੋਟੇ ਰੁੜ ਕੇ ਤੋਂ ਇੱਥੇ ਸਾਊਂਡ ਆਈ ਸੀਗੀ ਉਹ ਜਦੋਂ ਉਸ ਸਮੇਂ ਦੇ ਹਿਸਾਬ ਨਾਲ ਆਈ ਸੀ, ਅਤੇ ਇਸ ਕਰਕੇ ਸਾਡੇ ਬਜ਼ੁਰਗ ਨੇ ਛੱਡ ਦਿੱਤਾ ਉਸ ਵੇਲੇ। ਹੁਣ ਤਾਂ ਐਡੇ ਐਡੇ ਵੱਡੇ ਵੱਡੇ ਗੱਡੀ ਲੱਦ ਕੇ ਆਉਂਦੀ ਆ ਸਾਊਂਡ ਦੀ, ਉਸ ਵੇਲੇ ਦੇ ਲਓ ਬੀਨਾ ਜੀ ਗਾ ਜਾਂਦਾ। ਬਿਲਕੁਲ, ਉਦੋਂ ਜਿਹੜੇ ਕਲਾਕਾਰ ਸੀਗੇ ਜਾਂ ਕੁਛ ਵੀ ਸੀ ਉਸ ਸਮੇਂ ਦੇ ਸਾਨੂੰ ਉਹ ਸੁਣਾਉਂਦੇ ਸੀ ਲੋਕਾਂ ਨੂੰ, ਆਪਣਾ ਆਪ ਸੁਣਾਉਂਦੇ ਸੀ, ਅਤੇ ਹੁਣ ਤਾਂ ਸਾਜੋ ਸਾਜ ਚੱਲਦਾ ਸਾਰਾ, ਜੋ ਧੂਮ ਧੜਾਕਾ ਚੱਲਦਾ, ਕੰਨ ਪਾੜਵਾਂ ਸਾਊਂਡ, ਪੋਲਿਊਸ਼ਨ ਹੈ ਸਾਰਾ, ਦੇਖ ਹੀ ਰਹੇ ਸਾਰਾ ਕੁਛ ਪਤਾ ਲੱਗ ਰਿਹਾ ਆਪਾਂ ਨੂੰ। ਅਤੇ ਜਦੋਂ ਇਹ ਘਟਨਾ ਵਾਪਰਦੀ ਆ ਅਤੇ ਉਸ ਵੇਲੇ ਜਿਸ ਤਰ੍ਹਾਂ ਦੱਸਿਆ ਤੁਹਾਡੇ ਸਾਥੀ ਨੇ ਵੀ ਇੱਥੇ ਗੱਡੀ ਆ ਚੁੱਕੀ ਸੀ ਅਤੇ ਉਸ ਤੋਂ ਬਾਅਦ ਜਦੋਂ ਆਵਾਜ਼ ਆਉਂਦੀ ਆ ਗੋਲੀਆਂ ਚੱਲਦੀਆਂ ਨੇ ਅਤੇ ਭੱਜ ਦੌੜ ਮੱਚ ਗਈ, ਅਤੇ ਇਹ ਜਿਹੜੀ ਘਟਨਾ ਫਿਰ ਇਸ ਜਗ੍ਹਾ 'ਤੇ ਉਹ ਵਾਪਰੀ ਜੋ ਤੁਸੀਂ ਦੇਖੀ ਆ? ਹਾਂਜੀ, ਜਿਹੜਾ ਮੈਂ ਦੇਖਿਆ ਜੀ ਗੱਡੀ ਇਸੇ ਜਗ੍ਹਾ 'ਤੇ ਰੁਕੀ ਆ, ਮੇਨ ਰਸਤਾ ਸੀਗਾ ਆਉਂਦਾ, ਅਤੇ ਇੱਥੇ ਗੱਡੀ ਰੁਕੀ ਆ ਬਿਲਕੁਲ ਮੇਨ ਰਸਤੇ ਦੇ ਸਾਹਮਣੇ ਆ ਕੇ,
ਤੇ ਇੱਥੋਂ ਨਿਕਲਦੇ ਸਾਰੀ ਉਹਨਾਂ 'ਤੇ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ ਜੀ ਅਤੇ ਉਹ ਜਿੱਦਾਂ ਜਿੱਦਾਂ ਨਿਕਲੀ ਉਦੋਂ ਤੋਂ ਗੋਲੀਆਂ ਲੱਗੀਆਂ ਅਤੇ ਸਾਰੇ ਡਿੱਗੀ ਗਏ ਅਤੇ ਇਸ ਤੋਂ ਬਾਅਦ ਤਕਰੀਬਨ ਉਹਨਾਂ ਨੇ ਸਟੇਜ 'ਤੇ ਆਉਣਾ ਸੀ ਜਿੱਦਾਂ ਆਉਣਾ ਸੀ ਸਟੇਜ ਸਾਹਮਣੇ ਲੱਗੀ ਹੋਈ ਸੀ ਇਸ ਜਗ੍ਹਾ 'ਤੇ ਅਮਰੂਦ ਹੈ ਸਾਹਮਣੇ ਜੀ ਦਿਖਾ ਦਿਓ ਅਤੇ ਇਸ ਜਗ੍ਹਾ 'ਤੇ ਸਟੇਜ ਸੀਗੀ ਇਹਨਾਂ ਦੀ ਲੱਗਣੀ ਅਤੇ ਲੱਗੀ ਹੋਈ ਸੀ ਪ੍ਰੋਪਰ ਸਟੇਜ ਤਾਂ ਤਿਆਰ ਸੀ ਉਹਨਾਂ ਨੇ ਆਉਣਾ ਸੀ ਬਸ ਉਹਨਾਂ ਤੋਂ ਪਹਿਲਾਂ ਹੀ ਇੱਥੇ ਗੋਲੀਆਂ ਚੱਲ ਗਈਆਂ ਕਿੰਨੇ ਟੋਟਲ ਬੰਦੇ ਉਸ ਵੇਲੇ ਮਤਲਬ ਜਾਨ ਗੁਆ ਗਏ ਲਗਭਗ 4 ਦੀ ਇੱਥੇ ਮੌਤ ਹੋਈ ਹੈ ਜੀ ਉਹਦੀ ਉਹਦੀ ਟੀਮ ਹੀ ਸੀ ਸਾਰੀ ਜਾਂ ਪਬਲਿਕ ਵਿੱਚ ਨਹੀਂ ਪਬਲਿਕ 'ਤੇ ਉਹਨਾਂ ਨੇ ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ ਉਹਨਾਂ ਨੇ ਬਹੁਤ ਇਹ ਵੀ ਸੁਣ 'ਚ ਆਇਆ ਬਾਅਦ ਵਿੱਚ ਉਹ ਲੋਕਾਂ ਨੂੰ ਕਹਿੰਦੇ ਸੀ ਵੀ ਕੋਈ ਤੁਹਾਡੇ ਕੁਛ ਨਹੀਂ ਕਹਿਣਾ ਕਿਸੇ ਨੂੰ ਵੀ ਤੁਸੀਂ ਨਾ ਭੱਜੋ ਪਰ ਲੋਕ ਫਿਰ ਡਰਦੇ ਮਾਰੇ ਭੱਜ ਰਹੇ ਸੀ ਪਰ ਉਹਨਾਂ 'ਤੇ ਅਟੈਕ ਕੀਤਾ ਜਿਹੜਾ ਕੀਤਾ ਹੋਰ ਕਿਸੇ ਨੂੰ ਕੁਛ ਨਹੀਂ ਕਿਹਾ ਉਹਨਾਂ ਨੇ ਜੀ ਹੋਰ ਨਹੀਂ ਕਿਸੇ ਵੱਲੋਂ ਨਹੀਂ ਕੋਈ ਕਿਸੇ ਨੇ ਕੀਤਾ ਜੀ ਕੁਛ ਅਤੇ ਉਸ ਤੋਂ ਬਾਅਦ ਫਿਰ ਪੁਲਿਸ ਕਿੰਨੀ ਦੇਰ ਬਾਅਦ ਆਈ ਪੁਲਿਸ ਤਾਂ ਕਾਫੀ ਦੇਰ ਬਾਅਦ ਆਈ ਹੈ ਜੀ ਪੁਲਿਸ ਤਾਂ ਬਹੁਤ ਦੇਰ ਬਾਅਦ ਆਈ ਹੈ ਪੁਲਿਸ ਤਾਂ ਕਾਫੀ ਦੇਰ ਵੀ ਸ਼ਾਮ ਲੇਟ ਹੋਈ ਸੀ ਕਾਫੀ ਹਨੇਰਾ ਹੋਇਆ ਜਦੋਂ ਲੋਥਾਂ ਚੱਕੀਆਂ ਗਈਆਂ ਉਹਨਾਂ ਨੇ ਅੱਛਾ ਹਾਂਜੀ ਅਤੇ ਕਾਫੀ ਲੇਟ ਹੋਇਆ ਜੀ ਦਲੇਰ ਸਾਹਿਬ ਤੁਸੀਂ ਦੱਸੋ ਕਿ ਜਦੋਂ ਇਹ ਘਟਨਾ ਵਾਪਰ ਜਾਂਦੀ ਆ ਫਿਰ ਉਹਨਾਂ ਨੂੰ ਚੱਕ ਕੇ ਕਿਤੇ ਹੋਸਪਿਟਲ ਵਗੈਰਾ ਲਗਾਏ ਸੀਗੇ ਜਾਂ ਇੱਥੇ ਹੀ ਡੈਥ ਹੋ ਗਈ ਸੀ ਕੀ ਹੋਇਆ ਸੀ ਇੱਥੋਂ ਹੀ ਉਹ ਜਿਹੜੀ ਮੋਟਰੇ ਆ ਜਿਹੜੇ ਚੁਬਾਰੇ ਵਾਲਿਆਂ ਦੀ ਮੋਟਰੇ ਆ ਉਹਨਾਂ ਦੇ ਫਿਰ ਟਰੈਕਟਰ ਟਰਾਲੀ ਦੇ ਵਿੱਚ ਪੁਲਿਸ ਨੇ ਆ ਕੇ ਡੈਡ ਬੋਡੀਆਂ ਲੋਡ ਕਰਾ ਕੇ ਫਲੋਰ ਸਿਵਲ ਹੋਸਪਿਟਲ ਫਿਰ ਉਹਨਾਂ ਦੇ ਜਾ ਕੇ ਉਸ ਵੇਲੇ ਕਿਹੜਾ ਫੋਨਾਂ ਦਾ ਤਾਂ ਹੈ ਹੀ ਨਹੀਂ ਸੀਗਾ ਜਾ ਕਿਸ ਨੇ ਆ ਦਿੱਤਾ ਹਾਂ ਇੱਕ ਬੰਦਾ ਸੀਗਾ ਉਹਦਾ ਨਾਂ ਸੀਗਾ ਸ਼ਾਇਦ ਲਾਲ ਚੰਦ ਸੀ ਉਹ ਬੰਦਾ ਬਚ ਗਿਆ ਸੀਗਾ ਉਹਦੀ ਇੱਥੇ ਬਾਂਹ ਦੇ ਵਿੱਚ ਗੋਲੀ ਲੱਗੀ ਸੀਗੀ ਉਹਨੇ ਆਪਣਾ ਪਰਨਾ ਲਾ ਕੇ ਬਾਂਹ ਦੇ ਉੱਤੇ ਲਪੇਟ ਲਿਆ ਇੱਥੇ ਨੇੜੇ ਪਿੰਡ ਆ ਮਠੱਡਾ ਖੁਰਦ ਉੱਥੋਂ ਟੈਂਪੂ ਚੜ੍ਹ ਕੇ ਉਹਨੇ ਜਾ ਕੇ ਫਲੋਰ ਥਾਣੇ ਇਤਲਾਹ ਦਿੱਤੀ ਸੀਗੀ ਕਿ ਇਸ ਤਰ੍ਹਾਂ ਹੋ ਗਿਆ ਅਤੇ ਸ਼ਾਮ ਤੱਕ ਆਈ ਪੁਲਿਸ ਸ਼ਾਮ ਤੱਕ ਆਈ ਆ ਜਿਹੜੀ ਆਪਣੇ ਪਿਛਲੇ ਪਾਸੇ ਸਾਈਡ ਆ ਇੱਥੇ ਇੱਕ ਮੁੰਡਾ ਰਾਈਟਰ ਸੀਗਾ ਮੰਨਣਹਾਣੇ ਦੇ ਕੋਲ ਦਾ ਉਹਦਾ ਨਾਂ ਸੀ ਗਿੱਲ ਅਤੇ ਉਹ ਉੱਥੋਂ ਕਾਰ ਤੋਂ ਇੱਥੇ ਆ ਕੇ ਉਹਦੇ ਗੋਲੀ ਮਾਰੀ ਸੀਗੀ ਅੱਛਾ ਉਹ ਗਿੱਲ ਸੀਗਾ ਜਿਹਨੇ ਗਾਣਾ ਲਿਖਿਆ ਸੀ ਗਿੱਲ ਮਰ ਗਿਆ ਤੇਰੇ ਪਿਆਰ ਬਿਨਾਂ ਜਿਹਨੂੰ ਲਿਖ ਲਿਖ ਚਿੱਠੀਆਂ ਪਾਉਂਦੀ ਸੀ ਘਰ ਯਾਦ ਕਰੇ ਉਹ ਬੰਦਿਆਂ ਦੇ ਵਿੱਚ ਭੱਜ ਗਿਆ ਸੀਗਾ ਉਹਦੀ ਇੱਥੇ ਆ ਕੇ ਮਗਰ ਗੋਲੀ ਮਾਰੀ ਗਈ ਸੀਗੀ ਬਾਕੀ ਸਾਰੇ ਕਾਰ ਦੇ ਦੁਆਲੇ ਸੀਗੇ ਜਿਹੜਾ ਦੇਬੂ ਸੀ ਉਹ ਪਰਲੀ ਆੜ ਦੇ ਵਿੱਚ ਸੀਗਾ ਉੱਥੇ ਮਤਲਬ ਸਭ ਨੂੰ ਪਹਿਲਾਂ ਜਿਹੜੀ ਗੋਲੀ ਉਹ ਚਮਕੀਲੇ ਦੇ ਫਿਰ ਅਮਰਜੋਤ ਤੇ ਚਮਕੀਲੇ ਦੇ ਕਿਉਂਕਿ ਜਿਹੜੇ ਅਟੈਕ ਕਰਨ ਵਾਲੇ ਸੀਗੇ ਉਹ ਤਿੰਨ ਬੰਦੇ ਸੀ ਅੱਛਾ ਕਾਤੇ ਆਏ ਸੀਗੇ ਉਹ ਸ਼ਾਇਦ ਸਕੂਟਰ ਖੜਾ ਸੀਗਾ ਇੱਥੇ ਉਸ ਟਾਈਮ ਹੁੰਦੇ ਸਕੂਟਰ ਸੀਗੇ ਜ਼ਿਆਦਾ ਅੱਛਾ ਫਿਰ ਡੈਡ ਬੋਡੀ ਉਹਨਾਂ ਦੀ ਇੱਥੋਂ ਪੁਲਿਸ ਲੈ ਕੇ ਗਈ ਫਿਰ ਮਤਲਬ ਹਸਪਤਾਲ ਵਾਲੀ ਕੋਈ ਗੱਲ ਹੈ ਨਹੀਂ ਸੀ ਨਹੀਂ ਨਹੀਂ ਉਹ ਤਾਂ ਮੌਕੇ 'ਤੇ ਮਰ ਗਿਆ ਉਹ ਜਿਹੜਾ ਦੇਬੂ ਸੀਗਾ ਇੱਕ ਢੋਲਕ ਮਾਸਟਰ ਸੀਗਾ ਉਹ ਥੋੜ੍ਹਾ ਕੁਛ ਕੁ ਟਾਈਮ ਸਹਿਕਦਾ ਰਿਹਾ ਪਰ ਫਿਰ ਵੀ ਇੱਥੇ ਭਗਦੜ ਮਚੀ ਸੀ ਆਪੋ ਆਪਣੀ ਜਾਨਾਂ 'ਤੇ ਫਿਕਰ ਪਏ ਸੀ ਕੋਈ ਨੇੜੇ ਨਹੀਂ ਗਿਆ ਹੈਗਾ ਅਸੀਂ ਵੀ ਮੈਂ ਵੀ ਖੁਦ ਜਦੋਂ ਭੱਜਿਆ ਸੀਗਾ ਮੈਂ ਵੀ 10 ਮਿੰਟ ਬਾਅਦ ਆ ਕੇ ਫਿਰ ਇੱਥੇ ਦੇਖਿਆ ਹਾਂ ਗੋਲੀ ਚੱਲਣ ਤੋਂ ਬਾਅਦ 'ਚ ਮੈਂ ਵੀ 10 ਕੁ ਮਿੰਟ ਬਾਅਦ ਜਦੋਂ ਇੱਥੋਂ ਪਤਾ ਲੱਗ ਗਿਆ ਕਿ ਉਹ ਬੰਦੇ ਅਟੈਕ ਕਰਕੇ ਉਹਨਾਂ ਨੇ ਆਪਣੀਆਂ ਜੋ ਵੈਪਨ ਸੀਗੇ ਉਹਨਾਂ ਦੇ ਕੋਲ ਉਹ ਇਸ ਤਰ੍ਹਾਂ ਹਵਾ ਦੇ ਵਿੱਚ ਲਹਿਰਾਉਂਦੇ ਗਏ ਜਦੋਂ ਸਾਰਿਆਂ ਨੂੰ ਤਸੱਲੀ ਹੋ ਗਈ ਵੀ ਉਹ ਚਲੇ ਗਏ ਆ ਫਿਰ ਸਾਰੇ ਲੋਕ ਇੱਥੇ ਕਾਫੀ ਇਕੱਠੇ ਹੋ ਗਏ ਠੀਕ ਹੈ ਇਹ ਪਰਿਵਾਰ ਫਿਰ ਕਦੋਂ ਗਿਆ ਬਾਹਰ ਛੱਡ ਕੇ ਆਪਣਾ ਇਹ ਵਿਆਹ ਤੋਂ ਜਲਦੀ ਬਾਅਦ ਚਲੇ ਗਏ ਸੀਗੇ ਪਰ ਫਿਰ ਇੱਥੇ ਰਹੇ ਨਹੀਂ ਕਿਉਂਕਿ ਇਹਨਾਂ ਨੂੰ ਵੀ ਖੜਕੂਆਂ ਵੱਲੋਂ ਕੁਛ ਧਮਕੀਆਂ ਆਉਣ ਲੱਗ ਪਈਆਂ ਸੀ ਪਤਾ ਨਹੀਂ ਉਹ ਅਸਲੀ ਸੀ ਜਾਂ ਨਕਲੀ ਸੀ ਕਿਉਂਕਿ ਕਈ ਵਾਰੀ ਇਸ ਤਰ੍ਹਾਂ ਹੁੰਦਾ ਆ ਹੈ ਨਾ ਕਿ ਅਸਲ ਦੇ ਵਿੱਚ ਕਹਾਣੀ ਕੁਛ ਹੋਰ ਹੁੰਦੀ ਆ ਜਿਹੜੇ ਲੋਟੂ ਟੋਲਾ ਹੁੰਦਾ ਆ ਹੈ ਨਾ ਉਹ ਕੁਛ ਹੋਰ ਬਣਾ ਕੇ ਉਹਨੂੰ ਪੇਸ਼ ਕਰਦਾ ਹੈ ਜਾਂ ਸ਼ੋਸ਼ਣ ਕਰਨ ਲੱਗ ਪੈਂਦਾ ਅਤੇ ਹੁਣ ਇਸ ਮੋਟਰ 'ਤੇ ਫਿਰ ਮਤਲਬ ਤੁਸੀਂ ਰਹਿੰਦੇ ਹੋ ਕਿੰਨਾ ਚਿਰ ਹੋ ਗਿਆ ਤੁਹਾਨੂੰ ਮੈਨੂੰ ਤਕਰੀਬਨ 18-20 ਸਾਲ ਦੇ ਨੇੜੇ ਤੇੜੇ ਇੱਥੇ ਹੋ ਗਿਆ ਆ NRI ਤਬਕੇ ਨੇ ਆਪਣੇ ਪਿੰਡਾਂ ਦੇ ਵਿੱਚ ਪਿੱਛੇ ਮੁੜ ਕੇ ਜਦੋਂ ਝਾਤ ਮਾਰੀ ਤਾਂ ਉਹਨਾਂ ਨੂੰ ਵੀ ਲੱਗਾ ਕਿ ਜਿਹੜੀਆਂ ਸਹੂਲਤਾਂ ਪੱਛਮੀ ਦੇਸ਼ਾਂ ਦੇ ਵਿੱਚ ਹਨ ਉਹਨਾਂ ਦੇ ਮੁਕਾਬਲੇ ਦੇ ਸਾਡੇ ਪਿੰਡ ਵੀ ਸਾਫ਼ ਸੁਥਰੇ ਚਾਹੀਦੇ ਆ ਮੇਰੇ ਨਾਲ ਮੌਜੂਦ ਆ SGPC ਦੇ ਪੁਰਾਣੇ ਮੈਂਬਰ ਕਰਦੇ ਉਹਨਾਂ ਨਾਲ ਗੱਲਬਾਤ ਕਿ NRI ਵੀਰਾਂ ਨੇ ਜਿਹੜਾ ਪਿੰਡ ਮਹਿਸਮਪੁਰ ਲਈ ਬਹੁਤ ਵਧੀਆ ਸਕੂਲ ਬਣਾਇਆ ਸਰਦਾਰ ਬਲਵੀਰ ਸਿੰਘ ਜੀ ਬਲਵੀਰ ਸਿੰਘ ਮਹਿਸਮਪੁਰ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਤੁਹਾਡੇ ਪਿੰਡ ਦੇ ਵੀਰਾਂ ਨੇ ਰਲ ਮਿਲ ਕੇ ਬੜਾ ਪਿੰਡ ਦੇ ਸੀਵਰੇਜ ਦਾ ਸਕੂਲ ਦਾ ਹੋਰ ਜਿੰਮ ਬਣਾਇਆ ਹੋਇਆ ਉੱਥੇ ਦੀਆਂ ਨੇਕ ਕਮਾਈਆਂ ਦੇ ਵਿੱਚੋਂ ਜਦੋਂ ਇੱਥੇ ਭੇਜਦੇ ਨੇ ਤਾਂ ਫਿਰ ਕੀ ਆਸ ਕਰਦੇ ਨੇ ਲੋਕ ਇੱਥੋਂ ਜਿਹੜੇ ਵੀ ਸਾਡੇ ਪਿੰਡੋਂ ਬਹੁਤ ਗਿਣਤੀ
गई आ बहुत का लगा है कह लो दो चार बंदे है जो प्रेरणा करते रहते हर बंदा तो नहीं करता कोई लीड करने वाला तो चाहिए हूँ तो इस करके जो भी सोच बनती भी एक बार इतने एक प्यारा सिंह भोगल वा पढ़ाई तो साढ़े ब्याह से आया खूह से साड़ी भतीजी का ब्याह से वो कहता भी मैं अब बड़ा अफसोस होया भी थोड़े पिंड हॉस्पिटल स्कूल से स्कूल की हालत देख के उस सिंदरपाल एम एल ए कहता भी ऐसी क्यों नहीं उपाला करते अभी उदू बाद सोचा फिर भी स्कूल जरूर है उदो फिर जो फिर हाई कराया सा गरीब एम एल ए कोता सिंह चलो साढ़े मे श्रोमणी कमेटी जो लंबा चल साढ़े फ्रेंड भी थे मैं तकरीबन 31 मार्च 1979 तो लैके 95 तक कनेडा चले गया उदू 96 बाद इलेक्शन हुई है मई जून से जाके पर मैं उदो आए थे लीडर साहबान संगठे से कहते सियासी पिंड नहीं लभदा वो मैं क्या मेरे पास का रुक नहीं है इसलिए मैं तो पर जिन्ना सेवा कर ली ठीक वा वापस नहीं आता मैं उदा आऊँ मैं वह भी रहा तुम्हें पता तो पर मेरा कोई इदा हाँ पिंड का लगा जरूर रखे खा का साडा ब्रदर मिंदर सौ ज़्यादा फिर एक ही बंदा चौधरी चाहिए सारे चंगे नहीं होंगे तो उधरों बाबा गुरबचन सौ जिदा पहला उन्हें शुरुआत की मिडल स्कूल बनाने की बिल्डिंग वो प्रॉपर नहीं उदो बन सकी थी फिर मैं क्या जो तुम उदम किया जाए चलो बिल्डिंग प्रॉपर बननी चाहिए आ पूरे नक्शे न पूरा इंजीनियर करा के तो हूँ मेरा ख्याल लोड तो ज़्यादा वही मैं एड्डी वीडी एडा वधिया स्कूल इस ढंग शायद ही कोई बनया हो हूँ जिदा फतेहगढ़ साहब टोडरमल दुकान साढ़े उस भी साढ़े परिवार का पिंड का साढ़े भाई आ सब छोटेदार महिंदर सिंह हूँ वो उदो स्पैशली आए थे उन्होंने कमेटी च लिया तो ना सरप्रस्त बने वे सारी चेयरमैन होर वा तो समय ना उस काफ़ी वो इन्होंने सिर से ही सारी बेली जी पंजाब सरकार तो श्रोमणी एस जी पी सी सलाह ना उ दिख देनी है जी पुरातन दिख अगे सी माहर मानते ने कि छोटी किसानी जिहड़ी 2 एकड़ तो लैके 5-7 एकड़ तक की आनू जेकर अज के समय से बचा सकती सिर्फ कोपरेट सोसायटियां ही बचा सकदियां मशीनरी बहुत महंगी हो चुकी आ खेती नूं करन वाले औजार जिहड़े ने वह इस वक्त लखां दी कीमत दे हो चुके ने पिंड मैसमपुर की कोपरेट सोसायटी के मौजूद हाँ काफ़ी वधिया इन्हां ने इत्थे मशीनरी बनाई हुई आ इन्हां तों जानकारी लैंदे आ कि इस सीजन दे विच किसानां ने इन्हां द्वारा बनाई मशीनरी का किन्ना क फायदा लिया किन्नी क कणक की बिजाई जिहड़ी आ कोपरेट सोसायटी राहीं बहाई कीती आ ते बिजाई कीती आ वीरजी वाहिगुरू खालसा वाहिगुरू जी वाहिगुरू जी खालसा वाहिगुरू जी फतेह जी की शुभ नाम जी अपना मेरा नाम अमरजीत है जी जी तो आप देखते हैं कि थोड़ी मशीनरी बड़ी वधिया बनी आ कोपरेट सोसायटी की तो किहड़े-किहड़े इस वक्त तुहाडे कोल औजार संद हैगे साडे कोल सुपर सीडर आ जी रोटावेटर आ लेजर लेवलर आ ते मक्की वाली मशीन आ मक्की बीजन वाली तो होर भी पराली का कोई सामान का कोई आया नवा को तुहाडे कोल बस सुपर सीडर है जी हाँ जी हाँ जी सुपर सीडर दे नाल असीं बिजाई की जी 100 एकड़ तो वाधी की है जो 1-2 एकड़ वाले किसान है किन्ने है जो थोड़े तो मतलब थोड़ी इस फायदा ले जाते हैं तकरीबन 40-50 है जी अच्छा हाँ जी हाँ जी 40-50 घर आ जो छोटे किसान ने 50-60 बड़े किसान है ਕੱਢਿਆ ਹਿਸਾਬ ਵੀ ਜੇ ਅਗਲਾ ਆਪਣੀ ਮਸ਼ੀਨਰੀ ਰੱਖਦਾ ਤਾਂ ਤੁਹਾਡੀ ਮਸ਼ੀਨਰੀ ਵਰਦਾ ਵੀ ਤੁਹਾਡੀ ਸਸਤੀ ਪੈਂਦੀ ਉਹਨੂੰ ਹਾਂ ਸਾਡੀ ਸਸਤੀ ਪੈਂਦੀ ਮਸ਼ੀਨਰੀ ਅੱਛਾ ਅਸੀਂ 2200 ਰੁਪਈਆ ਸੁਪਰ ਸੀਡਰ ਦਾ ਲੈਂਦੇ ਹਾਂ ਟਰੈਕਟਰ ਸਾਡਾ ਡਰਾਈਵਰ ਸਾਡਾ ਅਤੇ ਤੇਲ ਤੂਲ ਸਾਡਾ ਸਾਡਾ ਜੀ ਠੀਕ ਹੈ ਕਿੰਨੇ ਟਰੈਕਟਰ ਨੇ ਤੁਹਾਡੇ ਕੋਲ ਟਰੈਕਟਰ ਸਾਡੇ ਕੋਲ 2 ਆ ਜੀ ਅੱਛਾ ਅਤੇ ਹੋਰ ਕਿਹੜੀ ਕਿਹੜੀ ਸੁੱਖ ਸਹੂਲਤ ਆ ਵਿੱਚ ਸੁਸਾਇਟੀ ਦੇ ਸੌਦੇ ਦੀ ਜਾਂ ਸੁਸਾਇਟੀ ਦੇ ਵਿੱਚ ਖਾਦ ਆ ਜੀ ਕਰਿਆਨਾ ਆ ਅਤੇ ਮੈਂਬਰਾਂ ਦੀਆਂ ਡਿਪੋਜ਼ਿਟਾਂ ਆ ਮੈਂਬਰ ਲੈਣ ਦੇਣ ਕਰ ਸਕਦੇ ਆ ਕੋਈ ਉਹਨਾਂ ਨੂੰ ਕਰਜ਼ਾ ਦੇਈਦਾ ਹੈਗਾ ਲੋਨ ਦੇਈਦਾ ਹੈਗਾ ਵੱਖ ਵੱਖ ਤਰ੍ਹਾਂ ਦੇ ਲੋਨ ਆ ਐਮ ਟੀ ਲੋਨ ਆ ਐਨ ਐਫ ਮਾਈ ਭਾਗੋ ਸ਼ਕਤੀਗਤ ਸਕੀਮ ਹਾਂਜੀ ਅਤੇ ਉਹਨਾਂ ਨਾਲ ਮੈਂਬਰ ਜਿਹੜੇ ਲਾਭ ਉਠਾ ਰਹੇ ਆ ਤੁਸੀਂ ਇਹ ਦੱਸੋ ਕਿ ਜਿਹੜੇ ਇਹ ਔਜ਼ਾਰ ਨੇ ਇੱਥੇ ਸੰਦ ਨੇ ਕੋਪਰੇਟਿਵ ਸੋਸਾਇਟੀ ਤੋਂ ਉਹ ਤੋਂ ਕਿੰਨਾ ਕੁ ਲੋਕ ਫਾਇਦਾ ਲੈ ਸਕਦੇ ਆ ਇੱਥੇ ਤਕਰੀਬਨ ਜੀ 50 ਕੁ ਫੈਮਲੀਆਂ ਹੈਗੀਆਂ ਜਿਹੜੀਆਂ ਆਪਣੇ ਇਹ ਫਾਇਦਾ ਲੈ ਰਹੀਆਂ ਪਹਿਲੀ ਗੱਲ ਤਾਂ ਮੈਂ ਖੁਦ ਹੀ ਨਹੀਂ ਲੈ ਸਕਦਾ ਸੀਗਾ ਸੰਦ ਅਤੇ ਮੈਂ ਵੀ ਐਤਕੀ ਬਿਜਾਈ ਜਿਹੜੀ ਆ ਉਹ ਇਹਨਾਂ ਤੋਂ ਬੈਂਕ ਰਾਹੀਂ ਕਰਵਾਈ ਆ ਜੀ ਬਹੁਤ ਫਾਇਦਾ ਹੋਇਆ ਜੀ ਵੱਡੇ ਟਰੈਕਟਰ ਅਤੇ ਮਸ਼ੀਨਰੀ ਜਿੱਦਾਂ ਬਹੁਤ ਮਹਿੰਗੀ ਪੈਂਦੀ ਹੈ ਤਕਰੀਬਨ ਟਰੈਕਟਰ ਅਤੇ ਸੁਪਰ ਸੀਡਰ ਹੀ ਲੈਣਾ ਹੋਵੇ ਤਾਂ ਮੇਰੇ ਹਿਸਾਬ ਨਾਲ 10-12 ਲੱਖ ਰੁਪਏ ਦਾ ਖਰਚਾ ਹੈ ਜੀ ਤਾਂ ਇੱਥੇ ਤਕਰੀਬਨ 2200 ਰੁਪਏ ਨਾਲ ਕਿੱਲਾ
बिजाई हो जाती है जी, तो बहुत फायदा हो रहा जी सानू इस चीज़ का। पंजाब का इस खिते तो प्रवास हमेशा हुंदा रहा है, पर कुछ समय तो चिंतावां इस गल लई वध रहियां ने कि जिस तरह नौजवानी ने पंजाब दे भारत दे निजाम तो मूँह मोड़ के सिस्टम वो मिल नहीं रहा, तो विदेशों वालू पढ़ाई करके जाने लई बच्चे जिहड़े आ उह अपना रास्ता तराश रहे ने, पंजाब दे घरां नूं जिंदरे लग रहे ने, नौजवानी पंजाब दी जिहड़ी आ कुछ जे नशियां च गई आ तो कुछ जिहड़ी चंगी सीगी उह विदेशों च वी गई आ, उहदे लई कौण जिम्मेवार आ, क्यों गए ने बच्चे ते की उत्थे हालात ने। साडे नाल सुखविंदर सिंह दलेर मौजूद आ जिहड़े कनेडा की धरती तो आए ने, उत्थे दे हालात भी देख के आए ने ते इत्थे भी दी पंजाब की धरती नाल भी पूरे वाह वास्ता रखते हैं, उन्हां नाल करदे गलबात। दलेर साहब सत श्री अकाल जी। सत श्री अकाल जी। दलेर साहब तुसीं आए हो कनेडा तो, पहला तो दस्सो भी उत्थे दा रहन सहन ते इत्थे दा रहन सहन जिहड़ा किन्ना क फर्क दे। उत्थे दे रहन सहन नालों इत्थे सभ्याचारक जिहड़ा रहन सहन आ उह वधिया आ, असीं सोशल तौर ते इक दूजे नाल जुड़े हों, उत्थे लोकां नूं सिर्फ काम तों बिना किसी नूं मिलण दा समां बहुत घट मिलदा। असीं हमेशा लोचदे रहिंदे आ असीं कदी पिंड नूं जाइए अपने संगी साथियां नूं मिलीए, इत्थे असीं जदों आउंदे आ असीं अपने सारे मित्रां दोस्तां नूं मिलदे आ, रूह खुश हुंदी आ। मेले गेले इत्थे वधिया, मेले गेले इत्थे वधिया जी। ते दूसरे सानू एक खिच हुंदी आ भई साडा पिंड पिछे वधिया बणे, ਭਾਵੇਂ ਅਸੀਂ ਉਸ ਧਰਤੀ 'ਤੇ ਰਹਿੰਦੇ ਹਾਂ, ਸਾਨੂੰ ਉਹ ਜਾਂ ਪੁਰਾਣੇ ਗਿਆ ਬੰਦਿਆਂ ਨੂੰ ਵੀ ਕੋਈ ਵਾਹ ਵਾਸਤਾ ਨਹੀਂ, ਪਰ ਫਿਰ ਵੀ ਉਹਨਾਂ ਦੇ ਦਿਲਾਂ 'ਚ ਵੀ ਖਿੱਚ ਆ ਵੀ ਸਾਡਾ ਪਿੰਡ ਜਿਹੜਾ ਆ ਉਹ ਬਹੁਤ ਸਾਫ਼ ਸੁਥਰਾ ਹੋਵੇ, ਜਦੋਂ ਅਸੀਂ ਜਾਈਏ ਸਾਨੂੰ ਮਤਲਬ ਵਧੀਆ ਲੱਗੇ, ਆਉਣ ਜਾਣ ਬੰਦਾ ਕਹੇ ਵੀ ਠੰਡੀਆਂ ਹਵਾਵਾਂ ਹੋਣ। ਸੁਖਵਿੰਦਰ ਜੀ, ਮੈਂ ਤੁਹਾਡੀ ਗੱਲ ਰੋਕ ਰਿਹਾ ਕਿ ਸੰਤ ਸੀਚੇਵਾਲ ਦੇ ਮਾਡਲ 'ਤੇ ਤੁਹਾਡੇ ਪਿੰਡ ਦੇ ਵਿੱਚ ਸੀਵਰੇਜ ਪਿਆ, ਭਾਵੇਂ ਸਰਕਾਰਾਂ ਨੇ ਸਮੇਂ 'ਤੇ ਜਿੰਨਾ ਕੁ ਕੀਤਾ ਉਹਨਾਂ ਤਾਂ ਠੀਕ ਸੀ, ਪਰ NRI ਵੀਰਾਂ ਨੇ ਆਪਣੇ ਪਿੰਡ ਦੇ ਲਈ ਆਪਣੀ ਨੇਕ ਕਮਾਈ ਦੇ ਵਿੱਚੋਂ ਬੜਾ ਯੋਗਦਾਨ ਪਾਇਆ, ਕਿਵੇਂ ਦੇਖਦੇ ਇਸ ਗੱਲ? ਮੈਂ ਸਮਝਦਾ ਸਰਕਾਰਾਂ ਆਪਣੇ ਤੌਰ 'ਤੇ ਕਰਦੀਆਂ ਤਾਂ ਹੈਗੀਆਂ, ਪਰ ਉਹ ਮੁਕੰਮਲ ਤੌਰ 'ਤੇ ਸਾਨੂੰ ਜੋ ਚਾਹੀਦਾ ਉਹ ਨਹੀਂ ਦੇ ਸਕਦੀਆਂ, ਜਾਂ ਕਿਸੇ ਵੀ ਕਾਰਨਾਂ ਕਰਕੇ ਕਿਉਂ ਅਸਾਂ ਮੈਂ ਨਹੀਂ ਕਹਿ ਸਕਦਾ, ਪਰ ਸਾਡੇ NRI ਵੀਰ ਜਾਂ ਇੱਥੇ ਦੇ ਵੀ ਜਿਹੜੇ ਸਮਾਜਿਕ ਸੋਸ਼ਲ ਬੰਦੇ ਆ ਉਹ ਸਾਨੂੰ ਬਹੁਤ ਸਹਿਯੋਗ ਕਰਦੇ ਆ, ਅਤੇ ਉਹਨਾਂ ਨੇ ਆਪਣੇ ਤੌਰ 'ਤੇ ਬਹੁਤ ਜ਼ਿਆਦਾ ਬਹੁਤ ਵੱਡਾ ਹਿੱਸਾ ਪਾਇਆ ਜਿਹੜਾ ਸਾਡੇ ਪਿੰਡ ਨੂੰ ਸਾਫ਼ ਸੁਥਰਾ ਅਤੇ ਵਧੀਆ ਬਣਾਉਣ 'ਚ। ਜਿਵੇਂ ਤੁਹਾਡਾ ਦੇਖਿਆ ਸਕੂਲ ਬੜਾ ਵਧੀਆ ਬਣਿਆ ਹੋਇਆ, 10+2 ਤੱਕ ਦਾ ਸਕੂਲ ਆ, ਪ੍ਰਾਇਮਰੀ ਸਕੂਲ ਵੀ ਆ, ਅਤੇ ਬਾਬਾ ਹੁਕਮਾ ਸਿੰਘ ਜਿਹੜਾ ਜਿੰਮ ਬਣਿਆ ਆ, ਅਤੇ ਪਰ ਹੁਣ ਜੇ ਆਪਾਂ ਦੇਖੀਏ ਕਿ ਨੌਜਵਾਨ ਜਿਹੜੇ ਨੇ ਉਹ ਤਾਂ ਬਹੀਰਾਂ ਘੱਤ ਰਹੇ ਨੇ ਬਾਹਰ ਨੂੰ, ਅਤੇ ਜਿੰਮ ਜਿਹੜੇ ਬਣੇ ਹੋਏ ਨੇ ਇੰਨੇ ਵਧੀਆ ਵਧੀਆ ਜਿੰਮ ਤੁਹਾਡੇ ਪਿੰਡ ਦੇ ਬਣੇ ਹੋਏ, ਇਹ ਕਿਵੇਂ ਦੇਖਦੇ ਹੋ? NRI ਲੋਕਾਂ ਦੀ ਜਾਂ ਇੱਥੋਂ ਦੇ ਲੋਕਾਂ ਦੀ ਵੀ ਸੋਚ ਹੈਗੀ ਆ ਕੁਛ ਵੀ ਸਾਡੇ ਨਗਰ ਨੂੰ ਵਧੀਆ ਬਣਾਇਆ ਜਾਵੇ ਜਾਂ ਸਾਡੇ ਨੌਜਵਾਨ ਜਿਹੜੇ ਆ ਉਹ ਇੱਥੇ ਰਹਿਣ, ਪਰ ਹਾਲਾਤਾਂ ਨੂੰ ਦੀ ਨਜ਼ਾਕਤ ਨੂੰ ਸਮਝਦੇ ਹੋਏ ਜਾਂ ਆਪਣੀਆਂ ਲੋੜਾਂ ਨਾ ਪੂਰੀਆਂ ਹੁੰਦੀਆਂ ਹੋਣ ਕਰਕੇ ਲੋਕ ਜਿਹੜੇ ਬਾਹਰ ਦਾ ਰੁੱਖ ਕਰ ਰਹੇ ਆ। ਹੁਣ ਪਿੰਡੋ ਪਿੰਡ ਪੰਜਾਬ 'ਚ ਤਕਰੀਬਨ ਜਿੰਦਰੇ ਲੱਗੇ ਆ, ਉਹਦਾ ਕਾਰਨ ਕੀ ਆ ਕਿ ਜਵਾਨੀ ਜਿਹੜੀ ਆ ਉਹਦੇ ਲਈ ਨੌਕਰੀ ਤਾਂ ਇੱਥੇ ਹੈ ਨਹੀਂ, ਅਤੇ ਖੇਤੀਬਾੜੀ 'ਚੋਂ ਉਨੀ ਆਮਦਨ ਹੈ ਨਹੀਂ ਗੀ, ਜਾਂ ਜੇ ਖੇਤੀਬਾੜੀ ਨੂੰ ਅਸੀਂ ਵੰਡ ਕੇ ਕਰਨਾ ਚਾਹੀਏ ਤਾਂ ਮੇਰਾ ਖਿਆਲ ਕੁਛ ਵੀ ਹਿੱਸੇ ਨਹੀਂ ਆਉਂਦਾ, ਜ਼ਮੀਨਾਂ ਤਾਂ ਅੱਜ ਕੱਲ੍ਹ ਆਉਂਦੀਆਂ ਕਨਾਲਾਂ 'ਚ ਆ। ਹੁਣ ਇਸ ਘਾਟ ਨੂੰ ਪੂਰਾ ਕਰਨ ਲਈ ਜਿਹੜੀ ਨੌਜਵਾਨੀ ਆ ਉਹ ਸਾਰੀ ਬਾਹਰ ਨੂੰ ਵਹੀਰਾਂ ਘੱਤ ਰਹੀ ਆ, ਬਾਹਰ ਜਾ ਕੇ ਕਰਦੇ ਕੀ ਆ, ਇੱਕ ਇਨਸਾਨ ਮਸ਼ੀਨ ਬਣਿਆ, ਸਵੇਰ ਨੂੰ ਕੰਮ 'ਤੇ, ਕੰਮ ਤੋਂ ਘਰ, ਘਰ ਆਣ ਕੇ ਰੋਟੀ ਪਾਣੀ ਖਾਧਾ, ਸੌਂ ਗਏ, ਨਹਾ ਧੋ ਕੇ, ਸਵੇਰ ਨੂੰ ਉੱਠੇ, ਫਿਰ ਕੰਮ 'ਤੇ, ਬਸ ਉਹੀ ਜ਼ਿੰਦਗੀ ਆ। ਹਾਲਾਂਕਿ ਇੱਥੇ ਸੋਸ਼ਲ ਜ਼ਿੰਦਗੀ ਜਿਹੜੀ ਆ ਅਸੀਂ ਇੱਕ ਦੂਜੇ ਨੂੰ ਮਿਲਦੇ ਵਰਤਦੇ ਹਾਂ, ਅਸੀਂ ਇਸ ਦੀ ਘਾਟ ਹਮੇਸ਼ਾ ਮਹਿਸੂਸ ਕਰਦੇ ਹਾਂ। ਭਾਵੇਂ ਸਿਸਟਮ ਉੱਥੇ ਦਾ ਵਧੀਆ ਆ ਪਰ ਜਿਹੜੀਆਂ ਸਾਂਝਾਂ ਇੱਥੇ ਵੱਧ ਨੇ, ਇੱਥੇ ਸਾਂਝਾਂ ਇੱਥੇ ਵਾਧੂ ਆ, ਇੱਥੇ ਦੀਆਂ ਸਾਂਝਾਂ ਜਿਹੜੀਆਂ ਆ ਇੱਕ ਦੂਜੇ ਨੂੰ ਮਿਲਣ ਲਈ ਅਸੀਂ ਹਮੇਸ਼ਾ ਅਤਾਵਦੇ ਰਹਿੰਦੇ ਹਾਂ, ਉੱਥੇ ਅਸੀਂ ਆਪਣੇ ਕੰਮ ਬਾਰੇ ਸੋਚਦੇ ਹਾਂ, ਅਤੇ ਉਦੋਂ ਵੱਧ ਸਾਡੀ ਜ਼ਿੰਦਗੀ ਨਹੀਂ ਹੈ ਮੇਰਾ ਖਿਆਲ ਜੀ। ਆਪਣੀਆਂ ਲੋੜਾਂ ਪੂਰੀਆਂ ਕਰ ਲਈਆਂ ਅਤੇ ਸੌਂ ਗਏ ਜੀ, ਜਦਕਿ ਇੱਥੇ ਅਸੀਂ ਇੱਕ ਦੂਜੇ ਨਾਲ ਮਿਲਦੇ ਹਾਂ ਜਾਂ ਕਿਸੇ ਨੂੰ ਕੋਈ ਤਕਲੀਫ ਹੁੰਦੀ ਆ ਅਸੀਂ ਉਹਦੇ 'ਚ ਸ਼ਰੀਕ ਹੋਣਾ ਜ਼ਰੂਰੀ ਸਮਝਦੇ ਹਾਂ, ਸਮਝਦੇ ਹਾਲਾਂਕਿ ਉੱਥੇ ਵੀ ਆ, ਪਰ ਜਿਹੜਾ ਇੱਥੋਂ ਦਾ ਰਹਿਣ ਸਹਿਣ ਆ ਉਹ ਥੋੜ੍ਹਾ ਜਿਹਾ ਵੱਖਰਾ ਆ, ਅਸੀਂ ਇਹਨੂੰ ਭਾਈਚਾਰਕ ਤੌਰ 'ਤੇ ਜ਼ਿਆਦਾ ਮਾਣਦੇ ਹਾਂ।
ਜਿਵੇਂ ਤੁਹਾਡੇ ਪਿੰਡ ਦੇ ਪਾਰਕ ਦੀ ਗੱਲ ਕਰ ਲਈਏ, ਕੁਲਵੀਰ ਦਲੇ ਹੋਣੀ ਜਾਂ ਤੁਹਾਡੇ ਪਿੰਡ ਦੇ ਸੀਵਰੇਜ ਦਾ ਸਾਰਾ ਸਿਸਟਮ ਬਣਿਆ ਆ, ਜਿਹੜੇ ਤੁਹਾਡੇ ਪਿੰਡ ਦੇ ਅਸੀਂ ਦੇਖੇ ਆ ਲਗਭਗ ਕਹਿ ਸਕਦੇ 70-80% ਘਰਾਂ ਨੂੰ ਜਿੰਦਰੇ ਲੱਗੇ ਹੋਏ ਨੇ। ਚਿੰਤਾ ਦਾ ਵਿਸ਼ਾ ਤਾਂ ਹੈ ਵੀ ਇਸ ਵਕਤ ਜਿਹੜੇ ਘਰ ਸਾਡੇ ਏਡੇ ਏਡੇ ਵਧੀਆ ਮਹਿਲ ਬਣੇ ਨੇ, ਏਡੇ ਏਡੀਆਂ ਕੋਠੀਆਂ ਬਣੀਆਂ ਨੇ, ਚਾਹੇ ਅਸੀਂ ਆਪਣੀ ਸੁੱਖ ਸਹੂਲਤ ਲਈ ਉੱਥੇ ਜਾ ਰਹੇ ਹਾਂ, ਕਿਉਂਕਿ ਜਿਹੜੀ ਤੁਸੀਂ ਇੱਥੇ ਗਏ ਤੁਹਾਨੂੰ ਤਾਂ ਖਿੱਚ ਹੈਗੀ ਆ, ਜਿਹੜੇ ਬੱਚਿਆਂ ਨੇ ਉੱਥੇ ਗਾਂ ਜਨਮ ਲੈਣਾ ਉਹਨਾਂ ਨੂੰ ਤਾਂ ਇਹਨਾਂ ਗੱਲਾਂ ਨਾਲ ਕੋਈ ਮਤਲਬ ਨਹੀਂ ਹੋਣਾ ਵੀ ਇਹ ਚਿੰਤਾ ਦਾ ਵਿਸ਼ਾ ਹੈ ਜਿਹੜਾ ਇਹ ਖਿੱਤਾ ਖਾਲੀ ਹੁੰਦਾ ਜਾ ਰਿਹਾ। ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਆ ਸਾਡੇ ਲਈ ਵੀ, ਅਸੀਂ ਵੀ ਇਸ ਖਿੱਤੇ ਨਾਲ ਜੁੜੇ ਹੋਵਾਂ ਅਤੇ ਅਸੀਂ ਵੀ ਚਾਹੁੰਦੇ ਹਾਂ ਵੀ ਇਸ ਖਿੱਤੇ 'ਚੋਂ ਕੋਈ ਵੀ ਬਾਹਰ ਨਾ ਜਾਵੇ, ਅਸੀਂ ਸਾਰੇ ਇੱਥੇ ਇਕੱਠੇ ਰਹੀਏ, ਸਾਡੀਆਂ ਜਿਹੜੀਆਂ ਸਮਾਜਿਕ ਸਾਂਝਾਂ ਆ ਉਹ ਜੀਂਦੀਆਂ ਰਹਿਣ। ਪਰ ਮਜਬੂਰੀਆਂ ਦੇ ਵੱਸ ਜੋ ਹੁੰਦਾ ਉਹਨੂੰ ਰੋਕਿਆ ਵੀ ਨਹੀਂ ਜਾ ਸਕਦਾ, ਕਿਉਂਕਿ ਲੋੜਾਂ ਜਿਹੜੀਆਂ ਆ ਉਹ ਸਾਨੂੰ ਇੱਕ ਦੂਜੇ ਤੋਂ ਨਖੇੜਦੀਆਂ ਰੱਖ ਲਓ ਜਾਂ ਸਾਨੂੰ ਬਾਹਰਲਾ ਰੁੱਖ ਕਰਨ ਲਈ ਮਜਬੂਰ ਕਰਦੀਆਂ ਰੱਖ ਲਓ, ਇੱਥੇ ਸਾਡੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ, ਇਸੇ ਲਈ ਜਾਣਾ ਪੈਂਦਾ। ਪਿੰਡ ਮੈਸਮਪੁਰ ਦੇ ਦ੍ਰਿਸ਼ ਤੁਸੀਂ ਵਧੀਆ ਵਧੀਆ ਦੇਖ ਲੈ, NRI ਨੇ ਬੜਾ ਇੱਥੇ ਜੰਮ ਕੇ ਆਪਣੀ ਨੇਕ ਕਮਾਈ 'ਚੋਂ ਪੈਸਾ ਲਾਇਆ, ਸਕੂਲ ਬੜਾ ਵਧੀਆ ਬਣਿਆ, ਗੁਰਦੁਆਰਾ ਸਾਹਿਬ ਬੜੇ ਵਧੀਆ ਬਣੇ ਨੇ, ਪਰ ਪਿੰਡ ਦੀਆਂ ਸਮੱਸਿਆਵਾਂ ਜਿਹਨਾਂ ਨੂੰ ਹਜੇ ਵੀ ਲੋਕ ਜਿਹਨਾਂ ਨਾਲ 2-4 ਹੋ ਰਹੇ ਨੇ ਉਹ ਜਾਣਦੇ ਆ। ਸਾਡੇ ਨਾਲ ਆ ਸੰਤੋਖ ਸਿੰਘ ਜੀ ਜਹਿਦਾਰ, ਉਹਨਾਂ ਨਾਲ ਕਰਦੇ ਗੱਲਬਾਤ ਕਿ ਪਿੰਡ ਦੀਆਂ ਸਮੱਸਿਆਵਾਂ ਕੀ। ਜਹਿਦਾਰ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਪਿੰਡ ਦੇ ਹਾਲਾਤ ਦੇਖੇ ਨੇ, ਬੜਾ ਵਧੀਆ ਤੁਹਾਡਾ ਪਿੰਡ ਬਣਿਆ, ਪੈਸਾ ਲੱਗਾ ਨਜ਼ਰ ਆ ਰਿਹਾ, ਚਾਹੇ ਸਰਕਾਰਾਂ ਦਾ ਵੀ ਜਿੰਨਾ ਵਿੱਚ ਹੈਗਾ, ਨਹੀਂ ਤਾਂ NRI ਨੇ ਤੁਹਾਡੇ ਕਸਰ ਨਹੀਂ ਛੱਡੀ। ਸਮੱਸਿਆਵਾਂ ਕਿਹੜੀਆਂ ਨੇ ਪਿੰਡ ਦੀਆਂ ਉਹ ਸਾਨੂੰ ਜ਼ਰੂਰ ਦੱਸੋ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ NRI ਨੇ ਸਾਡੇ ਪਿੰਡ ਬਹੁਤ ਪੈਸਾ ਲਾਇਆ, ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ, ਪਰ ਇਹ ਇੱਕ ਪਿੰਡ ਦੀ ਨਹੀਂ ਇੱਕ ਇਲਾਕੇ ਦੀ ਵੱਡੀ ਸਮੱਸਿਆ ਆ, ਉਹ ਹੈਗੀ ਬਲੱਡ ਬੈਂਕ ਦੀ। ਸਾਰੀਆਂ ਪਾਰਟੀਆਂ ਦੀਆਂ ਸਰਕਾਰਾਂ ਬਣੀਆਂ, ਜਦ ਦਾ ਦੇਸ਼ ਆਜ਼ਾਦ ਹੋਇਆ MP ਬਣੇ ਫਲੋਰ ਤੋਂ, MLA ਬਣੇ, ਪਰ ਕਿਸੇ ਵੀ ਪਾਰਟੀ ਨੇ ਇੱਧਰ ਧਿਆਨ ਨਹੀਂ ਦਿੱਤਾ ਕਿ ਇੱਕ ਬਲੱਡ ਬੈਂਕ ਦਾ ਹੋਣਾ ਬਹੁਤ ਜ਼ਰੂਰੀ ਆ। ਅਸੀਂ NRI ਨੂੰ ਅਪੀਲ ਕਰਦੇ ਹਾਂ ਕਿ ਉਹ ਇੱਕ ਵੱਡਾ ਬਲੱਡ ਬੈਂਕ ਜਿਹੜਾ ਉਹ ਸਾਡੇ ਹਲਕੇ ਜਾਂ ਸਾਡੇ ਪਿੰਡ 'ਚ ਬਣਾਇਆ ਜਾਵੇ, ਕਿਉਂਕਿ ਇਹ ਕੋਈ ਵੱਡੀ ਸਮੱਸਿਆ ਨਹੀਂ, ਸਿਰਫ ਨਾ NRI ਤੱਕ ਗੱਲ ਪਹੁੰਚਾਉਣ ਦੀ ਜ਼ਰੂਰਤ ਆ ਕਿ ਬਲੱਡ ਬੈਂਕ ਦੀ ਅੱਜ ਸਾਨੂੰ ਕਿੰਨੀ ਵੱਡੀ ਜ਼ਰੂਰਤ ਆ। ਅਸੀਂ ਉਹਨਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਦੇ ਹਾਂ ਕਿ ਸਾਡੇ ਪਿੰਡ ਦੇ ਵਿੱਚ ਇੱਕ ਜੇ ਬਲੱਡ ਬੈਂਕ ਬਣ ਜਾਵੇ ਤਾਂ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹੋਵਾਂਗੇ ਜੀ। ਹੋਰ ਕਿਹੜੀ ਸਮੱਸਿਆ ਜਿਹੜੀ ਸਰਕਾਰ ਦੇ ਧਿਆਨ ਵਿੱਚ ਆਉਣੀ ਚਾਹੀਦੀ ਹੈ? ਹੋਰ ਦੂਜੀ ਵੱਡੀ ਸਮੱਸਿਆ ਸਾਡੇ ਹਲਕੇ ਦੀ ਇਹ ਆ ਬਈ, ਫਲੋਰ ਤੋਂ ਲੈ ਕੇ ਫਗਵਾੜੇ ਤੱਕ ਕੋਈ ਰੇਲਵੇ ਕਰੋਸਿੰਗ 'ਤੇ ਪੌਲੇ ਹੈ ਨਹੀਂ। ਸਾਨੂੰ ਰੇਲਵੇ ਕਰੋਸਿੰਗ 'ਤੇ ਪੌਲ ਬਣਾਉਣ ਲਈ ਜਾਂ ਫਲੋਰ ਜਾਣਾ ਪੈਂਦਾ, ਉਦੋਂ ਬਾਅਦ ਫਗਵਾੜਾ ਆ। ਇਹ 20-25 ਕਿਲੋਮੀਟਰ ਡਿਸਟੈਂਸ ਆ, ਇਹਦੇ ਵਿੱਚ ਕਈ ਵਾਰੀ ਅਸੀਂ ਮਰੀਜ਼ ਨੂੰ ਲੈ ਕੇ ਰੇਲਵੇ ਕਰੋਸਿੰਗ 'ਤੇ ਜਦੋਂ ਜਾਂਦੇ ਹਾਂ ਤਾਂ ਮਰੀਜ਼ ਉੱਥੇ ਹੀ ਦਮ ਤੋੜ ਦਿੰਦਾ, ਕਿਉਂਕਿ ਘੰਟਾ ਘੰਟਾ ਫਾੜ ਕੇ ਨਹੀਂ ਖੁੱਲ੍ਹਦਾ। ਇਸ ਕਰਕੇ ਅਸੀਂ ਸਰਕਾਰਾਂ ਪਾਸੋਂ ਇਹ ਬੇਨਤੀ ਕਰਦੇ ਹਾਂ ਕਿ ਇਹ 20-25 ਕਿਲੋਮੀਟਰ ਡਿਸਟੈਂਸ 'ਚ ਇੱਕ ਪੌਲ ਜ਼ਰੂਰ ਬਣਾਇਆ ਜਾਵੇ, ਕਿਉਂਕਿ ਕੋਈ ਸਰਕਾਰ ਇੱਧਰ ਧਿਆਨ ਨਹੀਂ ਦੇ ਰਹੀ। ਅਸੀਂ ਹੁਣ ਮੌਜੂਦਾ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਰੇਲਵੇ ਕਰੋਸਿੰਗ 'ਤੇ ਪੌਲ ਬਣਾਉਣ ਦੀ ਬਹੁਤ ਵੱਡੀ ਜ਼ਰੂਰਤ ਆ ਜੀ। ਜੀ, ਅਤੇ ਇਹ ਹੁਣ ਤੱਕ ਤੁਸੀਂ ਕਿਸੇ ਨੂੰ ਕੋਈ MP ਜਿਵੇਂ ਤੁਹਾਡੇ ਜਲੰਧਰ, ਪਹਿਲਾਂ ਫਲੋਰ ਸੀ ਹਲਕਾ, ਹੁਣ ਲੋਕ ਸਭਾ ਜਲੰਧਰ ਆ, ਕਿਸੇ ਨੂੰ ਦਿੱਤਾ ਮੰਗ ਪੱਤਰ ਇਸ ਵਾਰ? ਹਾਂਜੀ ਹਾਂਜੀ, ਸਾਰੀਆਂ ਸਰਕਾਰਾਂ ਜਿਹੜੀਆਂ ਆਉਂਦੀਆਂ ਸਰਕਾਰਾਂ ਸਾਡੇ ਕੋਲ ਜਿੰਨੇ MLA MP ਆਉਂਦੇ ਆ ਉਹਨਾਂ ਦੇ ਧਿਆਨ 'ਚ ਲਿਆਉਂਦੇ ਹਾਂ, ਪਰ ਪਤਾ ਨਹੀਂ ਕਿਉਂ ਸਾਰੀਆਂ ਸਰਕਾਰਾਂ ਇੰਨੀਆਂ ਵੇਸਲੀਆਂ ਆ, ਉਹ ਇਸ ਪਾਸੇ ਧਿਆਨ ਨਹੀਂ ਦੇ ਰਹੀਆਂ, ਕਿਉਂਕਿ ਜਿੰਨੀ ਇੱਧਰਲੀ ਬੈਲਟ ਆ ਪਿੰਡਾਂ ਦੀ ਉਹ ਰੇਲਵੇ ਕਰੋਸਿੰਗ 'ਤੇ ਪੁਲ ਬਹੁਤ ਜ਼ਰੂਰੀ ਆ, ਕਿਉਂਕਿ ਕਈ ਵਾਰੀ ਬੰਦੇ ਨੇ ਐਮਰਜੈਂਸੀ ਜਾਣਾ ਹੁੰਦਾ ਜੀ, ਉਹ ਨਾ ਜਾਂ ਫਗਵਾੜੇ ਜਾਊ ਜਾਂ ਫਲੋਰ ਜਾਊ, 20-25 ਕਿਲੋਮੀਟਰ ਡਿਸਟੈਂਸ ਇੱਕ ਪੁਲ ਜ਼ਰੂਰ ਚਾਹੀਦਾ। ਤੁਸੀਂ ਦੇਖ ਰਹੇ ਸੀ ਮੇਰਾ ਪਿੰਡ ਮੇਰੇ ਲੋਕ ਪ੍ਰੋਗਰਾਮ ਵਿੱਚ ਪਿੰਡ ਮੈਸਮਪੁਰ ਦੇ ਦ੍ਰਿਸ਼, ਜੋ ਕਿ ਜ਼ਿਲ੍ਹਾ ਜਲੰਧਰ ਦੇ ਤਹਿਸੀਲ ਫਲੋਰ ਵਿਖੇ ਸਥਿਤ ਆ। ਤੁਹਾਨੂੰ ਇਹ ਪ੍ਰੋਗਰਾਮ ਕਿਵੇਂ ਦਾ ਲੱਗਾ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੇਣਾ। ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਪਿੰਡ ਵੀ ਸਾਡੇ ਚੈਨਲ ਦੇ ਮਾਧਿਅਮ 'ਤੇ ਦੁਨੀਆ ਨੂੰ ਦਿਖਾਇਆ ਜਾਵੇ ਤਾਂ ਥੱਲੇ ਦਿੱਤੇ ਨੰਬਰ 'ਤੇ ਸਾਡੇ ਨਾਲ ਸੰਪਰਕ ਕਰੋ, ਆਵਾਂਗੇ ਤੁਹਾਡੇ ਪਿੰਡ ਵੀ ਜ਼ਰੂਰ। ਜੁੜੇ ਰਹੋ ਪੰਜਾਬੀ ਨੈਸ਼ਨਲ TV ਦੇ ਨਾਲ, ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।